ਸੁਖਵਿੰਦਰ ਪੰਛੀ ਪੰਛੀ ਨਾਮ ਕਿਵੇਂ ਜੁੜਿਆ ਇਸ ਨਾਮ ਦੇ ਨਾਲ ਉਹ ਕਹਿੰਦੇ ਯਾਰ ਕਦੇ ਇੱਧਰ ਨੂੰ ਚੱਲ ਜਾਣਾ ਕਦੇ ਇੱਧਰ ਨੂੰ ਚੱਲਣਾ ਟੈਕੇ ਨਹੀਂ ਮਿਲਦਾ ਤੁਹਾਨੂੰ ਮੈਂ ਕਿਹਾ ਜੀ ਫੇਰ ਕਹਿੰਦੇ ਤੇਰਾ ਨਾਮ ਪੰਛੀ ਰੱਖ ਦੇਣਾ ਕੀ ਬਾਤ ਹੈ ਕੁਲਦੀਪ ਮਣਕ ਸਾਹਿਬ ਨਾਲ ਜੁੜੇ ਰਹੇ ਤੁਸੀਂ ਉਹਨਾਂ ਤੋਂ ਪ੍ਰਭਾਵਿਤ ਸੀ ਜਾਂ ਆਪਾਂ ਉਹਨਾਂ ਨੂੰ ਉਹ ਇੱਕ ਉਸਤਾਦ ਦੀ ਥਾਂ ਤੇ ਵੀ ਮੰਨੇ ਜਾਂਦੇ ਸੀ ਕਲਾਕਾਰ ਤੇ ਸਾਰੇ ਸਤਿਕਾਰਯੋਗ ਹੈ ਮੈਂ ਸਭ ਦੀ ਰਿਸਪੈਕਟ ਕਰਦਾ ਤੇ ਉਹਨਾਂ ਦੇ ਗਾਣਿਆਂ ਨੇ ਜ਼ਿਆਦਾ ਮੇਰੇ ਤੇ ਪ੍ਰਭਾਵ ਪਾਇਆ ਉਹ ਮੇਰੇ ਹੀ ਦਿਲ ਦੇ ਵਿੱਚ ਸੀ ਵੀ ਮੈਂ ਆਪਣਾ ਜਿਹੜਾ ਗੁਰੂ ਆ ਉਹ ਸ਼੍ਰੀ ਕੁਲਦੀਪ ਮਾਣਕ ਜੀ ਨੂੰ ਬੁਲਾਉਣਾ ਅਸਲ ਦੇ ਗਾਇਕ ਆ ਕਿੰਨਾ ਕੁ ਉਹ ਕਿਸ ਨੂੰ ਉਸਤਾਦ ਧਾਰਦੇ ਆ ਜਾਂ ਸ਼ਾਗਿਰਦੀ ਕਿੰਨੀ ਕੁ ਨਿਭਾਉਂਦੇ ਆ ਪੈਸੇ ਵਾਲੇ ਜਿਹੜੇ ਸਿੰਗਰ ਅੱਜ ਕੱਲ ਉਹ ਕੋਈ ਗੁਰੂ ਨਹੀਂ ਧਾਰਦੇ ਉਹ ਕਹਿੰਦੇ ਵੀ ਕੰਪਿਊਟਰ ਸਾਡਾ ਗੁਰੂ ਆ ਅਸੀਂ ਆਪਣੇ ਟੈਲੈਂਟ ਨੂੰ ਪੈਸਿਆਂ ਦੇ ਨਾਲ ਵੇਚਣਾ ਸ਼ੁਰੂ ਕਰ ਦਿੱਤਾ ਤੇ ਫਿਰ ਜਦੋਂ ਅਸੀਂ ਅੱਜ ਦੇ ਸਮੇਂ ਦੀ ਗੱਲ ਕਰਦੇ ਆ ਫਿਰ ਅਸੀਂ ਕਿੱਦਾਂ ਇਹ ਉਮੀਦ ਕਰ ਸਕਦੇ ਆ ਕਿ ਲੋਕ ਤੁਹਾਨੂੰ ਵੀ ਪੈਸਿਆਂ ਨਾਲ ਨਹੀਂ ਤੋਲਣ ਸਿਆਣੇ ਕਹਿੰਦੇ ਵੀ ਇੱਕ ਪਾਸੇ ਚੰਗੀ ਚੀਜ਼ ਹੋਵੇ ਇੱਕ ਪਾਸੇ ਮਾੜੀ ਹੋਵੇ ਪਤਾ ਲੱਗ ਜਾਂਦਾ ਸੁਆਦ ਆ ਵੀ ਚੰਗੀ ਚੀਜ਼ ਕਿਹੜੀ ਆ ਮਾੜੀ ਕਿਹੜੀ ਆ ਉਹ ਛੇਤੀ ਕਰ ਸਰਬਣ ਬੱਚਾ ਪਾਣੀ ਪੜਾ ਦੇ ਹੋਏ ਕਹਿੰਦੇ ਨੇ ਮਾਪੇ ਤੇਰੇ ਜਾਨ ਬਚਾ ਦੇ ਹੋਏ ਛੇਤੀ ਕਰ ਸਰਬਣ ਪੁੱਤਰਾ ਜੀ ਆਇਆਂ ਨੂੰ ਕੁਝ ਇਨਸਾਨ ਸਾਡੀ ਜ਼ਿੰਦਗੀ 'ਚ ਇਹੋ ਜਿਹੇ ਆਉਂਦੇ ਨੇ ਜਿਹੜੇ ਸਿਰਫ ਤੇ ਸਿਰਫ ਇੱਕ ਕੰਮ ਨਹੀਂ ਕਰਦੇ ਉਹ ਕੋਈ ਇਹੋ ਜਿਹਾ ਕੰਮ ਵੀ ਨਾਲ ਕਰ ਜਾਂਦੇ ਨੇ ਜਿਹਨੇ ਸਾਡੀ ਜ਼ਿੰਦਗੀ ਦੇ ਉੱਤੇ ਛਾਪ ਛੱਡਦੇ ਰਹਿੰਦੇ ਨੇ ਫੋਰ ਐਗਜ਼ਾਮਪਲ ਅਸੀਂ ਉਦਾਹਰਨ ਦੇ ਤੌਰ 'ਤੇ ਗੱਲ ਕਰ ਰਹੀ ਇੱਕ ਕਲਾਕਾਰ ਦੀ ਕਲਾਕਾਰ ਸਿਰਫ ਗਾਉਂਦਾ ਨਹੀਂ ਹੈ ਲਿਖਦਾ ਨਹੀਂ ਹੈ ਕਿਸੇ ਕਲਾ ਦੇ ਨਾਲ ਸ਼ੁਮਾਰ ਨਹੀਂ ਹੁੰਦਾ ਉਹਦੇ ਕੋਲ ਉਹਦੇ ਤਜ਼ਰਬੇ ਦਾ ਇਹੋ ਜਿਹਾ ਇੱਕ ਖਜ਼ਾਨਾ ਹੁੰਦਾ ਅਤੇ ਨਾਲ ਦੀ ਨਾਲ ਇੱਦਾਂ ਦੇ ਸੋਹਣੇ ਸ਼ਬਦ ਉਹਦੇ ਕੋਲ ਹੁੰਦੇ ਨੇ ਅਤੇ ਉਸ ਤੋਂ ਵੱਡੀ ਵੀ ਗੱਲ ਜਿਹੜੀ ਹੁੰਦੀ ਹੈ ਕਿ ਉਹ ਸਾਡੇ ਸੱਭਿਆਚਾਰ ਨੂੰ ਇੱਦਾਂ ਸਮੋ ਕੇ ਰੱਖਦਾ ਆਪਣੇ ਆਪ ਦੇ ਵਿੱਚ ਕਿ ਜਦੋਂ ਵੀ ਅਸੀਂ ਉਹਨਾਂ ਨੂੰ ਦੇਖਦੇ ਹਾਂ ਸਾਡਾ ਆਪਣਾ ਆਪ ਅਤੇ ਸਾਡਾ ਜਿਹੜਾ ਆਲਾ ਦੁਆਲਾ ਉਹ ਇੱਕ ਬਹੁਤ ਜ਼ਿਆਦਾ ਅਮੀਰਤਾ ਦੇ ਨਾਲ ਭਰਦਾ ਅਤੇ ਸਾਨੂੰ ਬਹੁਤ ਹੀ ਮਾਣ ਮਹਿਸੂਸ ਹੁੰਦਾ ਕਿਉਂਕਿ ਇਸ ਸਮੇਂ ਸਾਨੂੰ ਵੀ ਮਾਣ ਮਹਿਸੂਸ ਹੋ ਰਿਹਾ ਕਿ ਸਾਡੇ ਦਰਮਿਆਨ ਇੱਕ ਇਹੋ ਜਿਹੇ ਕਲਾਕਾਰ ਮੌਜੂਦ ਨੇ ਜਿਨ੍ਹਾਂ ਦੇ ਗਾਣਿਆਂ ਨੂੰ ਜਦੋਂ ਅਸੀਂ ਅੱਜ ਵੀ ਸੁਣਦੇ ਹਾਂ ਅਤੇ ਸਾਡੇ ਰੌਂਗਟੇ ਮੇਰੇ ਗੱਲ ਕਰਦੀ ਦੇ ਵੀ ਰੌਂਗਟੇ ਖੜ੍ਹੇ ਹੋ ਰਹੇ ਆ ਰੌਂਗਟੇ ਸਾਡੇ ਖੜ੍ਹੇ ਹੋ ਜਾਂਦੇ ਨੇ ਕਿ ਅੱਜ ਸਾਡੇ ਕੋਲੋਂ ਬੈਠੇ ਨੇ ਸਟੂਡੀਓ ਦੇ ਵਿੱਚ ਸੋ ਉਹਨਾਂ ਨਾਲ ਗੱਲਾਂ ਬਾਤਾਂ ਜਾਰੀ ਰਹਿਣਗੀਆਂ ਉਹਨਾਂ ਬਾਰੇ ਮੈਂ ਤੁਹਾਨੂੰ ਦੱਸੂਗੀ ਵੀ ਹਿੰਟ ਵੀ ਦਊਂਗੀ ਛੋਟੀ ਜਿਹੀ ਝਲਕ ਉਹਨਾਂ ਦੀ ਤੁਹਾਨੂੰ ਦਿਖਾ ਦਿੰਦੇ ਹਾਂ ਅਤੇ ਸਟੂਡੀਓ 'ਚ ਅਸੀਂ ਪੰਜਾਬਨ ਟੀ ਵੀ ਦੇ ਸਵਾਗਤ ਕਰਦੇ ਹਾਂ ਪ੍ਰੋਗਰਾਮ ਜੀ ਆਇਆਂ ਨੂੰ ਦੇ ਵਿੱਚ ਸੁਖਵਿੰਦਰ ਪੰਛੀ ਜੀ ਹੋਰਾਂ ਦਾ ਪੰਛੀ ਸਾਹਿਬ ਸਟੂਡੀਓ 'ਚ ਬਹੁਤ ਸਤਿ ਸ਼੍ਰੀ ਅਕਾਲ ਮੇਰੀ ਭੈਣ ਨਵਜੋਤ ਸਿੱਧੂ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਪੰਜਾਬਨ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਦੁਨੀਆ ਦੇ ਕਿਸੇ ਵੀ ਕੋਨੇ 'ਤੇ ਬੈਠੇ ਹੋ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਤੁਸੀਂ ਖੁਸ਼ ਰਹੋ ਤੁਹਾਡੇ ਘਰਾਂ 'ਚ ਖੁਸ਼ੀਆਂ ਆਉਣਗੀਆਂ ਅਤੇ ਸਾਡੇ ਚਿਹਰੇ 'ਤੇ ਖੁਸ਼ੀਆਂ ਆਉਣਗੀਆਂ ਅਤੇ ਸਾਡੇ ਪ੍ਰੋਗਰਾਮਾਂ ਦੀ ਰੌਣਕ ਵਧੂਗੀ ਅੱਜ ਸਾਡੇ ਸਟੂਡੀਓ 'ਚ ਆਲਰੇਡੀ ਖੁਸ਼ੀ ਹੈ ਕਿਉਂਕਿ ਤੁਸੀਂ ਪਹੁੰਚੇ ਹੋ ਬਹੁਤ ਦਿਨਾਂ ਦਾ ਸਾਡਾ ਆਪਸੀ ਤਾਲਮੇਲ ਜਿਹੜਾ ਅੱਜ ਸਿਰੇ ਚੜ੍ਹਿਆ ਅਤੇ ਅੱਜ ਆਪਾਂ ਸਟੂਡੀਓ 'ਚ ਬੈਠੇ ਔਰ ਸਭ ਤੋਂ ਸੋਹਣੀ ਗੱਲ ਕਿ ਜਦੋਂ ਅਸੀਂ ਗਾਣਾ ਸੁਣਦੇ ਹਾਂ ਛੱਲੇ ਮੁੰਦੀਆਂ ਜਦੋਂ ਅਸੀਂ ਗਾਣਾ ਸੁਣਦੇ ਹਾਂ ਦਿੱਲੀ ਏਅਰਪੋਰਟ ਨੂੰ ਜਾਂਦੀ ਹੋਈ ਜਿਹੜੀ ਗੱਲ ਕੀਤੀ ਜਾਂਦੀ ਹੈ ਹੈ ਨਾ ਦਿੱਲੀ ਦੇ ਹਵਾਈ ਅੱਡੇ 'ਤੇ ਯਾਰ ਯਾਰਾਂ ਤੋਂ ਵਿਛੜਦੇ ਰਹਿੰਦੇ ਸ਼ਾਹਾਂ ਦੀ ਇਹ ਕੁੜੀ ਹੈ ਗਰੀਬ ਦਿੱਤਾ ਮਾਰਨੀ ਹੈਰਾਨੀ ਦੀ ਗੱਲ ਇੱਦਾਂ ਲੱਗਦਾ ਪੰਛੀ ਸਾਹਿਬ ਕਿ ਅੱਜ ਵੀ ਜਿਉਂਦੇ ਨੇ ਗਾਣੇ ਅੱਜ ਵੀ ਹੁਣੇ ਗਾਏ ਨੇ ਸੱਜਰੇ ਹੀ ਆਏ ਨੇ ਸਾਡੇ ਸਾਹਮਣੇ ਅਤੇ ਪਹਿਲਾਂ ਤਾਂ ਧੰਨਵਾਦ ਇਹੋ ਜਿਹੀ ਗਾਇਕੀ ਸਾਡੇ ਸਮਾਜ ਨੂੰ ਦੇਣ ਦੇ ਲਈ ਥੈਂਕ ਯੂ ਅਤੇ ਚਾਹੁੰਦੇ ਅਸੀਂ ਇਹ ਆ ਕਿ ਗੱਲਾਂ ਬਾਤਾਂ ਤੁਹਾਡੇ ਨਾਲ ਅਸੀਂ ਕਰਨੀਆਂ ਬਹੁਤ ਸਾਰੀਆਂ ਕਰਨੀਆਂ ਕਿਉਂਕਿ ਬਹੁਤ ਗੱਲਾਂ ਮਨ ਦੇ ਵਿੱਚ ਹੈਗੀਆਂ ਅਤੇ ਸ਼ੁਰੂਆਤ ਜਿਹੜੀ ਹੈ ਤੁਹਾਡੇ ਕਿਸੇ ਨਾ ਕਿਸੇ ਗੀਤ ਤੋਂ ਹੋਵੇ ਲਓ ਜੀ ਮੈਂ ਜ਼ਿੰਦਗੀ ਦਾ ਮੇਰਾ ਪਹਿਲਾ ਗੀਤ ਹੈ ਜਿਸ ਗੀਤ ਨੂੰ ਲੋਕਾਂ ਨੇ ਮਣਾ ਮੋਹੀ ਪਿਆਰ ਦਿੱਤਾ ਅਤੇ ਮੈਨੂੰ ਮਾਣ ਹੈ ਸੁਖਵਿੰਦਰ ਪੰਛੀ ਨੂੰ ਘੱਟ ਜਾਣਦੇ ਲੋਕ ਸੁਖਵਿੰਦਰ ਪੰਛੀ ਛੱਲੇ ਮੁੰਦੀਆਂ ਵਾਲਾ ਜੀ ਅਤੇ ਮੈਂ ਉਸ ਗੀਤ ਤੋਂ ਸ਼ੁਰੂ ਕਰ ਰਿਹਾ ਜੀ ਹੋ ਵੇਖੋ ਨੀ ਮੁੰਡਾ ਹੋ ਗਿਆ ਸ਼ਿਦਾਈ ਕਹਿੰਦਾ ਮੈਂ ਕਰੂੰਗਾ ਨੀ ਹਿਸਾਬ ਪਾਈ ਪਾਈ ਵੇਖੋ ਨੀ ਮੁੰਡਾ ਹੋ ਗਿਆ ਸ਼ਿਦਾਈ ਕਹਿੰਦਾ ਮੈਂ ਕਰੂੰਗਾ ਨੀ ਹਿਸਾਬ ਪਾਈ ਪਾਈ ਦੱਸੂਗਾ ਮੁਹੱਬਤਾਂ ਮੈਂ ਕਹਿੰਦੇ ਹੁੰਦੀਆਂ ਦਿਲ ਵੱਟੇ ਦੇਵੇ ਪੈੜਾ ਛੱਲੇ ਮੁੰਦੀਆਂ ਨੀ ਦੇਵੇ ਛੱਲੇ ਮੁੰਦੀਆਂ ਨੀ ਦੇਵੇ ਛੱਲੇ ਮੁੰਦੀਆਂ ਉਹ ਪਿਆਰ ਵਾਲੇ ਸੌਦੇ ਪੈਸੇ ਨਾ ਨੀ ਤੁਲਦੇ ਛੱਲੇ ਮੁੰਦੀਆਂ ਦੇ ਵਾਦੇ ਵੇਖੇ ਰੁੜਦੇ ਮੈਂ ਵਾਦੇ ਵੇਖੇ ਰੁੜਦੇ ਪਿਆਰ ਦੀਆਂ ਗੱਲਾਂ ਗੀਤਾਂ ਵਿੱਚ ਹੁੰਦੀਆਂ ਦਿਲ ਵੱਟੇ ਦੇਵੇ ਪੈੜਾ ਛੱਲੇ ਮੁੰਦੀਆਂ ਨੀ ਦੇਵੇ ਛੱਲੇ ਮੁੰਦੀਆਂ ਨੀ ਦੇਵੇ ਛੱਲੇ ਮੁੰਦੀਆਂ ਬਾਤ ਹੈ ਕਿਆ ਬਾਤ ਹੈ ਪੰਛੀ ਜੀ ਵਾਕਈ ਇੱਦਾਂ ਇੱਦਾਂ ਲੱਗਿਆ ਨਹੀਂ ਇੱਥੇ ਗਾ ਰਹੇ ਤਾਂ ਲੱਗਦਾ ਉਹ ਕੈਸਟ ਅੱਜ ਵੀ ਕੰਨਾਂ 'ਚ ਗੂੰਜ ਗਈ ਰਿਪੀਟ 'ਤੇ ਜਦੋਂ ਗਾਣੇ ਚੱਲਦੇ ਸੀ ਵਾਰ ਵਾਰ ਅਸੀਂ ਇਹਨੂੰ ਸੁਣਦੇ ਸੀ ਅੱਛਾ ਇੱਕ ਹੋਰ ਚੀਜ਼ ਜਿਹੜੀ ਉਦੋਂ ਵੀ ਮਨ ਦੇ ਵਿੱਚ ਆਉਂਦੀ ਸੀ ਅੱਜ ਤਾਂ ਸਾਡਾ ਸੁਭਾਗ ਹੈ ਤੁਸੀਂ ਸਟੂਡੀਓ 'ਚ ਹੀ ਆ ਗਏ ਹੋ ਜੀ
ਸੁਖਵਿੰਦਰ ਪੰਛੀ, ਪੰਛੀ ਨਾਮ ਕਿਵੇਂ ਜੁੜਿਆ ਇਸ ਨਾਮ ਦੇ ਨਾਲ? ਇਹ ਜੀ, ਮੈਂ ਜਦੋਂ ਆਪਣੇ ਉਸਤਾਦ ਜੀ ਸ਼੍ਰੀ ਕੁਲਦੀਪ ਮਾਣਕ ਜੀ ਉਹਨਾਂ ਦੇ ਨਾਲ ਰਹਿੰਦਾ ਸੀ ਜੀ, ਤੇ ਮੈਂ ਸੀਗਾ 15-16 ਸਾਲ ਦਾ, ਤੇ ਉਹ ਕਹਿੰਦੇ ਯਾਰ ਕਦੇ ਇੱਧਰ ਨੂੰ ਚੱਲ ਜਾਂਦਾ, ਕਦੇ ਇੱਧਰ ਨੂੰ ਚੱਲ ਜਾਂਦਾ, ਟੈਕੇ ਨਹੀਂ ਪੈਂਦਾ ਤੁਹਾਨੂੰ। ਮੈਂ ਕਿਹਾ ਜੀ ਫਿਰ? ਕਹਿੰਦੇ ਤੇਰਾ ਨਾਮ ਪੰਛੀ ਰੱਖ ਦੇਣਾ। ਕੀ ਬਾਤ ਹੈ! ਤੇ ਇਹ ਮੇਰੇ ਉਸਤਾਦ ਜੀ ਸ਼੍ਰੀ ਕੁਲਦੀਪ ਮਾਣਕ ਜੀ ਉਹਨਾਂ ਨੇ ਮੇਰਾ ਨਾਮ ਰੱਖਿਆ। ਅੱਛਾ, ਉਹ ਪੰਛੀ ਫਿਰ ਇੱਦਾਂ ਦਾ ਪੰਛੀ ਬਣਿਆ ਜਿਹਨੇ ਕਦੇ ਉਹ ਟੇਕੇ ਸੱਚੀ ਨਹੀਂ ਬੈਠਿਆ, ਇੱਦਾਂ ਦੀ ਉਡਾਰੀ ਭਰੀ, ਸਾਰੇ ਸਮਾਨ ਨੂੰ ਉਹਨੇ ਆਪਣੇ ਕਲਾਵੇ ਦੇ ਵਿੱਚ ਲਿਆ, ਉਹਨੇ ਲੋਕਾਂ ਨੂੰ ਨਾਲ ਜੋੜਿਆ, ਹਰ ਇੰਨੀ ਉੱਚੀ ਪਰਵਾਜ਼ ਭਰੀ। ਅਤੇ ਜਦੋਂ ਕੁਲਦੀਪ ਮਾਣਕ ਸਾਹਿਬ ਦੀ ਆਪਾਂ ਗੱਲ ਕਰਦੇ ਹਾਂ ਪੰਛੀ ਜੀ, ਬਾਕੀ ਸਾਰੀਆਂ ਚੀਜ਼ਾਂ ਚਲੋ ਅਸੀਂ ਇੱਕ ਇੱਕ ਕਰਕੇ ਜਾਣਾਂਗੇ, ਕੁਲਦੀਪ ਮਾਣਕ ਸਾਹਿਬ ਕਿੱਦਾਂ ਦਾ ਨਾਮ? ਕੁਲਦੀਪ ਮਾਣਕ ਸਾਹਿਬ ਨਾਲ ਜੁੜੇ ਰਹੇ ਤੁਸੀਂ, ਉਹਨਾਂ ਤੋਂ ਪ੍ਰਭਾਵਿਤ ਸੀ ਜਾਂ ਆਪਾਂ ਉਹਨਾਂ ਨੂੰ ਉਹ ਇੱਕ ਉਸਤਾਦ ਦੀ ਥਾਂ 'ਤੇ ਵੀ ਮੰਨੇ ਜਾਂਦੇ ਸੀ? ਮੈਂ ਜਦੋਂ ਛੋਟਾ ਹੁੰਦਾ ਪਸ਼ੂ ਚਾਰਦਾ ਸੀ ਪਿੰਡ ਦੇ ਵਿੱਚ, ਅਤੇ ਮੈਂ ਉਹਨਾਂ ਦੇ ਬਨੇਰਿਆਂ 'ਤੇ ਵੱਜਦੇ ਸੀ, ਰਿਕਾਰਡ ਸੁਣਦਾ ਸੀ। ਅੱਛਾ! ਅਤੇ ਉਹ ਮੇਰੇ 'ਤੇ ਜ਼ਿਆਦਾ ਪ੍ਰਭਾਵ ਪਾ ਗਿਆ, ਅਤੇ ਕਲਾਕਾਰ 'ਤੇ ਸਾਰੇ ਸਤਿਕਾਰਯੋਗ ਹੈ, ਮੈਂ ਸਭ ਦੀ ਰਿਸਪੈਕਟ ਕਰਦਾ, ਅਤੇ ਉਹਨਾਂ ਦੇ ਗਾਣਿਆਂ ਨੇ ਜ਼ਿਆਦਾ ਮੇਰੇ 'ਤੇ ਪ੍ਰਭਾਵ ਪਾਇਆ, ਅਤੇ ਮੇਰੀ ਫਿਰ ਦਿਲ ਦੇ ਵਿੱਚ ਜਿਹੜੀ ਚਾਹਨਾ ਸੀਗੀ ਉਹ ਮੇਰੇ ਇਹੀ ਦਿਲ ਦੇ ਵਿੱਚ ਸੀਗੀ ਵੀ ਮੈਂ ਆਪਣਾ ਜਿਹੜਾ ਗੁਰੂ ਆ ਉਹ ਸ਼੍ਰੀ ਕੁਲਦੀਪ ਮਾਣਕ ਜੀ ਨੂੰ ਬੁਲਾਉਣਾ। ਕੀ ਬਾਤ! ਫਿਰ ਮੈਂ ਉਹਨਾਂ ਨੂੰ ਆਪਣੇ ਗੁਰ ਧਾਰਨਾ ਕੀਤੀ, ਫਿਰ ਮੈਂ 9 ਸਾਲ ਉਹਨਾਂ ਦੇ ਨਾਲ ਰਿਹਾ। ਅੱਛਾ! ਅਤੇ ਬਹੁਤ ਸਾਰੇ ਇਕੱਠਿਆਂ ਅਸੀਂ ਗੀਤ ਵੀ ਰਿਕਾਰਡ ਕਰਦੇ। ਅਤੇ ਕੋਈ ਇੱਦਾਂ ਦਾ ਗੀਤ ਜਿਹੜਾ ਤੁਹਾਨੂੰ ਕੁਲਦੀਪ ਮਾਣਕ ਸਾਹਿਬ ਦਾ, ਤੁਸੀਂ ਜਦੋਂ ਛੋਟੇ ਹੁੰਦੇ ਸੀ ਤੁਸੀਂ ਦੱਸਿਆ ਤੁਸੀਂ ਮੱਝਾਂ ਚਾਰਦੇ ਹੁੰਦੇ ਸੀਗੇ, ਤੁਸੀਂ ਗੁਣਗੁਣਾਉਂਦੇ ਹੋਵੋ, ਗਾਉਂਦੇ ਹੋਵੋ, ਅਸੀਂ ਚਾਹੁੰਦੇ ਉਹ ਤੁਸੀਂ ਸਾਨੂੰ ਗਾ ਕੇ ਜ਼ਰੂਰ। ਲਓ ਮੈਂ ਗਾ ਰਿਹਾ ਜੀ। ਓ ਛੇਤੀ ਕਰ ਸਰਬਣ ਬੱਚਾ ਪਾਣੀ ਪੜਾ ਦੇ ਹੋਏ, ਕਹਿੰਦੇ ਨੇ ਮਾਪੇ ਤੇਰੇ ਜਾਨ ਬਚਾ ਦੇ ਹੋਏ, ਛੇਤੀ ਕਰ ਸਰਬਣ ਪੁੱਤਰਾ, ਉਹ ਪੁੱਤਰਾਂ ਦੇ ਬਾਜ ਤਰੀਕੇ ਜੱਗ ਦੇ ਵਿੱਚ ਨਾ ਨਹੀਂ, ਪੁੱਤਰਾਂ ਬਿਨ ਮਾਪਿਆਂ ਉੱਤੇ ਕਰਦਾ ਕੋਈ ਸ਼ਾਨ ਨਹੀਂ, ਉਹ ਪੁੱਤਰ ਜੜ ਖਾਨਦਾਨ ਦੀ ਪੁੱਤਾਂ ਬਿਨ ਕਾ ਦੇ ਹੋਏ, ਛੇਤੀ ਕਰ ਸਰਬਣ ਬੱਚਾ ਪਾਣੀ ਪੜਾ ਦੇ ਹੋਏ, ਕਹਿੰਦੇ ਨੇ ਬਾਬੇ ਤੇਰੇ ਜਾਨ ਬਚਾ ਦੇ ਹੋਏ, ਛੇਤੀ ਕਰ ਸਰਬਣ ਪੁੱਤਰਾ। ਕਿਆ ਬਾਤ ਹੈ, ਕਿਆ ਬਾਤ ਹੈ! ਮਾਣਕ ਸਾਹਿਬ ਜਿੱਥੇ ਵੀ ਹੋਣਗੇ ਤੁਹਾਨੂੰ ਦੇਖਦੇ ਹੋਣਗੇ, ਸੁਣਦੇ ਹੋਣਗੇ, ਮਾਣ ਮਹਿਸੂਸ ਕਰਦੇ ਹੋਣਗੇ, ਕਿਉਂਕਿ ਹੈਰਾਨੀ ਦੀ ਗੱਲ ਹੈ ਕਿ ਇੱਕ ਕਿਸੇ ਨੂੰ ਪੰਛੀ ਸਾਹਿਬ ਸ਼ਾਗਿਰਦ ਕਹਿਣਾ, ਅਤੇ ਉਸ ਉਹਦਾ ਸ਼ਾਗਿਰਦ ਬਣਨਾ, ਉਹਨੂੰ ਉਸਤਾਦ ਕਹਿਣਾ, ਉਹਦਾ ਸ਼ਾਗਿਰਦ ਬਣਨਾ ਅਤੇ ਉਸ ਸ਼ਾਗਿਰਦੀ ਨੂੰ ਨਿਭਾਉਣਾ, ਦੋ ਬਹੁਤ ਵੱਖ ਵੱਖ ਚੀਜ਼ਾਂ ਆ। ਬਿਲਕੁਲ! ਕਿੱਦਾਂ ਤੁਹਾਨੂੰ ਲੱਗਦਾ ਕਿ ਜਦੋਂ ਆਪਾਂ ਇਸੇ ਚੀਜ਼ ਨੂੰ ਮੈਂ ਅੱਜ ਦੇ ਯੁੱਗ ਦੇ ਵਿੱਚ ਲੈ ਕੇ ਚੱਲਾਂ, ਜਿਹੜੇ ਅੱਜ ਕੱਲ੍ਹ ਦੇ ਗਾਇਕ ਆ, ਕਿੰਨਾ ਕੁ ਉਹ ਕਿਸੇ ਨੂੰ ਉਸਤਾਦ ਧਾਰਦੇ ਆ ਜਾਂ ਸ਼ਾਗਿਰਦੀ ਕਿੰਨੀ ਕੁ ਨਿਭਾਉਂਦੇ ਆ ਉਹ? ਅੱਜ ਕੱਲ੍ਹ ਇੱਦਾਂ ਹੋ ਗਿਆ ਵੀ ਭੈਣ ਜੀ, ਵੀ ਮਸਲਾ ਵਿੱਚ ਹੋਇਆ ਵੀ ਪੈਸੇ ਵਾਲੇ ਜਿਹੜੇ ਸਿੰਗਰ ਅੱਜ ਕੱਲ੍ਹ ਉਹ ਪੈਸੇ ਦੇ ਨਾਲ, ਪੈਸੇ ਦੇ ਜ਼ੋਰ ਦੇ ਨਾਲ ਅੱਗੇ ਆ ਰਹੇ ਆ, ਉਹ ਕੋਈ ਗੁਰੂ ਨਹੀਂ ਧਾਰਦੇ, ਕੋਈ ਸੰਗੀਤ ਦੀ ਸ਼ਿਕਸ਼ਾ ਨਹੀਂ ਲੈਂਦੇ, ਕਿਸੇ ਵੀ ਕੋਲੋਂ ਫੀਲਡ ਦੇ ਵਿੱਚ ਉਹ ਤਲੀਮ ਨਹੀਂ ਲੈਂਦੇ, ਉਹ ਕਹਿੰਦੇ ਵੀ ਕੰਪਿਊਟਰ ਸਾਡਾ ਗੁਰੂ ਆ, ਅਤੇ ਜਿਹੜਾ ਮਿਊਜ਼ਿਕ ਵੱਜਿਆ ਡਿਜੀਟਲ ਜੀ ਉਹਦੇ ਨਾਲ ਹੀ ਸਾਡੇ ਜਿਹੜੇ ਗਾਣੇ ਆ ਉਹ ਰਿਕਾਰਡ ਹੋ ਜਾਣੇ ਆ, ਕਿਸੇ ਮਿਊਜ਼ਿਕ ਡਾਇਰੈਕਟਰ ਦੀ ਬਾਹਲੀ ਲੋੜ ਨਹੀਂ ਸਮਝਦੇ ਉਹ। ਯੂਟਿਊਬ ਸਾਡਾ ਕਰਤਾ ਧਰਤਾ, ਉੱਥੇ ਸਭ ਕੁਛ ਅਸੀਂ ਅਪਡੇਟ ਕਰ ਸਕਦੇ ਹਾਂ, ਇਹਨਾਂ ਸਾਰਾ ਕੁਛ ਕਰ ਦੇਣਾ, ਸਾਨੂੰ ਮਸ਼ਹੂਰ ਕਰ ਦੇਣਾ, ਪੈਸਿਆਂ ਦੇ ਨਾਲ ਸਾਡੇ ਵਿਊ ਵੱਧ ਜਾਣੇ ਆ, ਪੈਸਿਆਂ ਦੇ ਨਾਲ ਸਾਡੇ ਸਬਸਕ੍ਰਾਈਬਰ ਵੱਧ ਜਾਣੇ ਆ, ਤੇ ਪੈਸਿਆਂ ਦੇ ਨਾਲ ਸਾਡੀ ਐਡ ਹੋ ਜਾਣੀ। ਜਦੋਂ ਪੈਸਿਆਂ ਦੇ ਨਾਲ ਤੋਲਣਾ ਸ਼ੁਰੂ ਕਰ ਦਿੱਤਾ ਆਪਾਂ ਗਾਇਕੀ ਨੂੰ, ਅਸੀਂ ਆਪਣੇ ਟੈਲੈਂਟ ਨੂੰ ਪੈਸਿਆਂ ਦੇ ਨਾਲ ਵੇਚਣਾ ਸ਼ੁਰੂ ਕਰ ਦਿੱਤਾ, ਤੇ ਫਿਰ ਜਦੋਂ ਅਸੀਂ ਅੱਜ ਦੇ ਸਮੇਂ ਦੀ ਗੱਲ ਕਰਦੇ ਹਾਂ, ਫਿਰ ਅਸੀਂ ਕਿੱਦਾਂ ਇਹ ਉਮੀਦ ਕਰ ਸਕਦੇ ਹਾਂ ਕਿ ਲੋਕ ਤੁਹਾਨੂੰ ਵੀ ਪੈਸਿਆਂ ਨਾਲ ਨਹੀਂ ਤੋਲਣਗੇ ਤੇ ਤੁਹਾਨੂੰ ਸਦਾ ਦੇ ਲਈ ਸੁਣਦੇ ਹੀ ਰਹਿਣਗੇ? ਗੱਲ ਇੱਦਾਂ ਵੀ ਸਿਆਣੇ ਕਹਿੰਦੇ ਵੀ ਇੱਕ ਪਾਸੇ ਚੰਗੀ ਚੀਜ਼ ਹੋਵੇ ਇੱਕ ਪਾਸੇ ਮਾੜੀ ਹੋਵੇ, ਉਹ ਫਿਰ ਲੋਕਾਂ ਨੂੰ ਉਹਦਾ ਜਿਹੜਾ ਪਤਾ ਲੱਗ ਜਾਂਦਾ ਸਵਾਦ ਆ ਵੀ ਚੰਗੀ ਚੀਜ਼ ਕਿਹੜੀ ਆ ਮਾੜੀ ਕਿਹੜੀ ਆ, ਕਿਉਂ ਕੰਪੀਟੀਸ਼ਨ ਜ਼ਰੂਰੀ ਹੋਣਾ ਚਾਹੀਦਾ ਚੰਗੀ ਔਰ ਮਾੜੀ ਚੀਜ਼ ਦਾ। ਇਹ ਜਦੋਂ ਸਟੇਜਾਂ 'ਤੇ ਜਾਂਦੇ ਆ ਇਹਨਾਂ ਨੂੰ ਫਿਰ ਫੜ ਕੇ ਲਾਉਣਾ ਪੈਂਦਾ 2-3 ਗਾਣਿਆਂ ਤੋਂ ਬਾਅਦ, ਅਤੇ ਮੈਂ ਮਾਣ ਨਹੀਂ ਕਰਦਾ, ਮੈਂ ਆਪਣੇ ਉਸਤਾਦਾਂ ਕੋਲੋਂ ਛਿੱਤਰ ਖਾਧੇ ਆ, ਮੈਂ ਮਾਰ ਖਾਧੀ ਆ, ਅਤੇ ਮੈਂ ਬਹੁਤ ਕੁਛ ਜ਼ਿੰਦਗੀ ਦਾ ਐਕਸਪੀਰੀਅੰਸ ਜਿਹੜਾ ਸਟੇਜ ਦਾ ਉਹ ਸਿੱਖਿਆ ਵੀ ਕਿੱਦਾਂ ਗਾਉਣਾ ਕਿੱਦਾਂ ਨਹੀਂ ਗਾਉਣਾ ਕਿੱਥੇ ਕੀ ਗਾਉਣਾ ਕਿੱਥੇ ਕੀ ਗਾਉਣਾ, ਮੇਰਾ ਐਕਸਪੀਰੀਅੰਸ ਹੋ ਗਿਆ ਜ਼ਿੰਦਗੀ ਦਾ। ਅਤੇ ਮੈਂ ਅੱਜ ਵੀ ਕਹਿੰਦਾ ਹੁੰਦਾ ਵੀ ਜਿਹੜੇ ਨਵੇਂ ਗਾਉਣ ਵਾਲੇ ਆ ਉਹ ਕਿਤੇ ਸਾਡਾ ਕਿਤੇ ਪੰਗਾ ਪੈ ਜਾਵੇ ਸਟੇਜ 'ਤੇ, ਅਤੇ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਬਹੁਤ ਵਧੀਆ ਗਾਉਣਾ। ਕਦੇ ਕੋਈ ਪੰਗਾ ਪਿਆ ਹੋਵੇ ਤੁਹਾਨੂੰ ਲੱਗੇ ਕੋਈ ਇਦਾਂ ਦੀ ਕੋਈ ਯਾਦ ਤੁਸੀਂ ਚਾਹੁੰਦੇ ਹੋ ਸਾਡੇ ਨਾਲ ਸਾਂਝੀ ਕਰਨੀ? ਸਾਡੀਆਂ ਬਹੁਤ ਸਟੇਜਾਂ 'ਤੇ ਪੰਗੇ ਪਏ ਜੀ ਜੀ, ਅਤੇ ਕਈ ਵਾਰੀ ਮੈਨੂੰ ਲਾਸਟ 'ਤੇ ਵੀ ਟਾਈਮ ਦਿੱਤਾ ਲੋਕਾਂ ਨੇ ਵੀ ਲੋਕ ਉੱਠ ਕੇ ਵੀ ਖੜ ਜਾਂਦੇ ਆ ਵੀ ਪਤਾ ਨਹੀਂ ਵੀ ਹੁਣ ਪੰਛੀ ਤੋਂ ਗਾ ਹੋਣਾ ਜਾਂ ਨਹੀਂ ਗਾ ਹੋਣਾ, ਉਹ ਫਿਰ ਜਿਹੜੇ ਪਹਿਲਾਂ 4-4, 5-5 ਗਾਣੇ ਗਾ ਕੇ ਜਾਂਦੇ ਆ ਜਿਹੜੇ 4-4, 5-5 ਲੱਖ ਰੁਪਈਆ ਲੈਣ ਵਾਲੇ, ਉਹਨਾਂ ਨਾਲ ਫਿਰ ਸਾਡਾ ਕੰਪੈਰੀਜ਼ਨ ਵੀ ਕਰਦੇ ਆ,
ਤੇ ਫਿਰ ਦੇਖਦੇ ਵੀ ਆ ਵੀ ਇਹ ਗਾ ਸਕਦਾ ਨਹੀਂ ਕਈ ਜਗ੍ਹਾ ਹੋਰ ਸਟੇਜਾਂ ਤੇ ਉਹ ਵੀ ਆਪਾਂ ਕਹਿ ਦਿੰਦੇ ਕਿ ਮੂੰਹ ਚੁੰਗਲਾ ਦੇ ਕੇ ਫਿਰ ਦੇਖਦੇ ਆ ਬੰਦੇ ਵੀ ਇਹ ਕੀ ਪਾਣਾ ਵਾਪਰਿਆ ਹਾਂ ਕਈ ਵਾਰੀ ਮੈਂ ਇਦਾਂ ਇੱਕ ਦੋ ਵਾਰ ਜਗ੍ਹਾ ਪੰਗਾ ਪਿਆ ਵੀ ਲੋਕੀ ਉੱਠ ਕੇ ਚੱਲੇ ਤੇ ਮੈਂ ਕਿਹਾ ਵੀ ਇੱਕ ਗਾਣਾ ਸੁਣ ਲਿਓ ਵੀ ਜੇ ਚੰਗਾ ਲੱਗਾ ਤਾਂ ਸੁਣ ਲਿਓ ਨਹੀਂ ਤਾਂ ਚੱਲ ਲਿਓ ਫਿਰ ਲੋਕਾਂ ਨੇ ਜਿੱਥੇ ਇੱਕ ਗਾਣਾ ਸੁਣ ਲਈ ਵੀ ਮੈਨੂੰ ਨਹੀਂ ਟਾਈਮ ਦੇ ਰਿਹਾ ਸੀ ਉਹਨਾਂ ਲੋਕਾਂ ਨੇ ਫਿਰ ਦੋ ਦੋ ਢਾਈ ਢਾਈ ਘੰਟੇ ਵੀ ਦਿੱਤੇ ਮੈਨੂੰ ਕੀ ਬਾਤ ਤੇ ਮਾਣ ਵੀ ਦਿੱਤਾ ਸਟੇਜਾਂ ਦੇ ਪੈਸੇ ਵੀ ਦਿੱਤੇ ਰਿਸਪੈਕਟ ਵੀ ਦਿੱਤੀ ਬਹੁਤ ਸਾਰਾ ਮਾਨ ਸਨਮਾਨ ਵੱਖਰਾ ਵੀ ਕੀਤਾ ਜਿੰਨੇ ਪੈਸੇ ਕਰਕੇ ਗਏ ਕਈ ਵਾਰੀ ਉਸ ਤੋਂ ਜ਼ਿਆਦਾ ਵੀ ਦਿੱਤੇ ਔਰ ਇਹ ਇਹ ਜ਼ਿੰਦਗੀ ਦੀ ਸੱਚੀ ਕਮਾਈ ਹੈ ਜਦੋਂ ਆਪਾਂ ਸਾਨੂੰ ਲੋਕਾਂ ਦਾ ਇੰਨਾ ਪਿਆਰ ਮਿਲਦਾ ਔਰ ਤੁਸੀਂ ਜਿਹੜੀ ਗੱਲ ਕੀਤੀ ਕਿ ਲੋਕ ਬੰਨੇ ਜਾਂਦੇ ਆ ਕੀਲੇ ਜਾਂਦੇ ਆ ਬਿਲਕੁਲ ਇੱਕ ਪੰਛੀ ਦਾ ਆਪਾਂ ਇਹ ਗੱਲ ਕਰਦੇ ਕਿ ਜਦੋਂ ਜ਼ਿੰਦਗੀ 'ਚ ਅਸੀਂ ਕੁਛ ਵੀ ਸੋਚਦੇ ਹਾਂ ਖਾਸ ਕਰਕੇ ਜਦੋਂ ਅਸੀਂ ਇੱਦਾਂ ਦੇ ਮਾਹੌਲ 'ਚ ਪਲਦੇ ਹਾਂ ਸਾਡਾ ਪਰਿਵਾਰਕ ਮਾਹੌਲ ਜਿਹੜਾ ਜ਼ਿਆਦਾ ਆਰਥਿਕ ਤੌਰ 'ਤੇ ਵਧੀਆ ਨਹੀਂ ਹੈਗਾ ਸਾਡੀ ਬੈਕਗ੍ਰਾਉਂਡ ਇੰਨੀ ਵਧੀਆ ਨਹੀਂ ਹੁੰਦੀ ਪੈਸੇ ਪੱਖੋਂ ਅਸੀਂ ਥੋੜ੍ਹੇ ਜਿਹੇ ਕਿਤੇ ਨਾ ਕਿਤੇ ਸਟੇਬਲ ਨਹੀਂ ਹੁੰਦੇ ਹੈ ਨਾ ਬਿਲਕੁਲ ਤੁਸੀਂ ਸੋਚਦੇ ਹੋ ਵੱਡਾ ਥੋੜ੍ਹਾ ਜਿਹਾ ਕੁਛ ਕਰਨਾ ਅਤੇ ਉਦੋਂ ਲੋਕ ਤੁਹਾਨੂੰ ਟਿੱਚਰਾਂ ਵੀ ਕਰਦੇ ਆ ਲੱਤਾਂ ਵੀ ਤੁਹਾਡੀਆਂ ਖਿੱਚਦੇ ਆ ਖਿੱਚਣ ਵਾਲਾ ਜ਼ਿਆਦਾ ਕੁਛ ਇੱਦਾਂ ਦਾ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਨਾਲ ਕੋਈ ਜੁੜੀ ਹੋਈ ਗੱਲ ਤੁਸੀਂ ਸਾਂਝੀ ਕਰਨੀ ਚਾਹੋ ਮੈਂ ਜਦੋਂ ਇਹ ਛੱਲੇ ਮੁੰਦੀਆਂ ਟੇਪ ਰਿਕਾਰਡ ਕੀਤੀ ਨਾ ਜੀ ਤੇ 9,500 ਰੁਪਇਆ ਸਾਡਾ ਰਿਕਾਰਡ ਲੱਗਾ ਕੈਸਟ ਰਿਕਾਰਡ ਕਰਨ ਤੇ ਜੀ ਤੇ ਜਨਾਬ ਵਰਿੰਦਰ ਬੱਚਨ ਸਾਹਿਬ ਉਹਨਾਂ ਨੇ ਮਿਊਜ਼ਿਕ ਦਿੱਤਾ ਤੇ ਮੈਂ ਇਹ ਕੈਸਟ ਕਈ ਕੰਪਨੀਆਂ ਕੋਲ ਲੈ ਕੇ ਗਿਆ ਉਹਨਾਂ ਨੇ ਮਾੜੀ ਜਿਹੀ ਡੈਕ ਜਿਹਾ 'ਚ ਪਾ ਕੇ ਸੁਣਨੀ ਉਹ ਕਹਿੰਦੇ ਨਹੀਂ ਨਹੀਂ ਇੱਦਾਂ ਦੇ ਗਾਣੇ ਗੁਣੇ ਨਹੀਂ ਚੱਲਦੇ ਮੈਂ ਕਿਹਾ ਜੀ ਕਿੱਦਾਂ ਦੇ ਚੱਲਦੇ ਆ ਕਹਿੰਦੇ ਵੀ ਜਿਸ ਤਰ੍ਹਾਂ ਚਮਕੀਲਾ ਜੀ ਗਾਉਂਦੇ ਆ ਜਾਂ ਦਦਾਰ ਸੰਧੂ ਜੀ ਗਾਉਂਦੇ ਆ ਜਿੱਦਾਂ ਸਦੀਕ ਸਾਹਿਬ ਗਾਉਂਦੇ ਭੈਣ ਜੀ ਰਣਜੀਤ ਕੌਰ ਜੀ ਜਾਂ ਹੋਰ ਦਗਾਣੇ ਜਿਹੜੇ ਗਾਉਂਦੇ ਆ ਜਾਂ ਮਾਣਕ ਸਾਹਿਬ ਗਾਉਂਦੇ ਜਿੱਦਾਂ ਕੱਲੀਆਂ ਗਾਉਂਦੇ ਆ ਜਾਂ ਫਲਾਨਾ ਗਾਉਂਦੇ ਉੱਦਾਂ ਦੇ ਗਾਣੇ ਗਾਓ ਮੈਂ ਕਿਹਾ ਠੀਕ ਹੈ ਜੀ ਸੱਤ ਬਚਨ ਅਸੀਂ ਕਾਫੀ 20-25 ਕੰਪਨੀਆਂ ਕੋਲ ਟੇਪ ਲੈ ਕੇ ਗਏ ਸਾਨੂੰ ਪਾਣੀ ਵੀ ਨਹੀਂ ਪੁੱਛਿਆ ਉਹਨਾਂ ਨੇ ਉਹ ਕਹਿੰਦੇ ਵੀ ਸੋਰੀ ਇੱਦਾਂ ਦੇ ਗਾਣੇ ਨਹੀਂ ਚੱਲਦੇ ਛੱਲੇ ਛੁੱਲੇ ਮੁੰਦੀਆਂ ਕੀ ਚੀਜ਼ ਆ ਕਹਿੰਦੇ ਤਾਂ ਗਾਣਾ ਦੌੜਦਾ ਜਾਂ ਤੇਜ਼ ਜਿਹਾ ਬਹੁਤ ਆ ਮੈਂ ਕਿਹਾ ਅੱਛਾ ਜੀ ਅਸੀਂ ਆ ਜਾਣਾ ਫਿਰ ਵਾਪਸ ਮੁੜ ਕੇ ਸਾਡੇ ਕੋਲ ਉਹਨਾਂ ਕੀ ਕਿਰਾਇਆ ਹੋਣਾ ਅਤੇ ਫਿਰ ਕਿਰਾਇਆ ਜੋੜਨਾ ਫਿਰ ਜਾਣਾ ਕਿਸੇ ਪਾਸੇ ਗੱਲ ਨਹੀਂ ਬਣੀ ਇੱਕ ਦਿਨ ਚੰਡੀਗੜ੍ਹ ਅਸੀਂ 33 ਸੈਕਟਰ ਕਿਸੇ ਦੇ ਘਰ ਬੈਠੇ ਉੱਥੇ ਬਰਥਡੇ ਸੀਗਾ ਅਤੇ ਮੈਂ ਵਰਿੰਦਰ ਬੱਚਨ ਭਾਅ ਜੀ ਨੂੰ ਮਿਲਣ ਗਿਆ ਅਤੇ ਭਾਅ ਜੀ ਹਰਦੀਪ ਸਿੰਘ ਚੰਡੀਗੜ੍ਹ ਵਾਲੇ ਮੇਰੇ ਬਹੁਤ ਖਾਸ ਮਿੱਤਰ ਮੇਰੇ ਭਰਾ ਵੱਡੇ ਸਤਿਕਾਰਯੋਗ ਮੈਂ ਰਿਸਪੈਕਟ ਦਿੰਦਾ ਉਹ ਕਿਸੇ ਦੇ ਘਰ ਬਰਥਡੇ ਸੀਗਾ ਉਹ ਮੈਨੂੰ ਉੱਥੇ ਲੈ ਗਿਆ ਉਹ ਕਹਿੰਦੇ ਵੀ ਆਪਾਂ ਉੱਥੇ ਜਾਣਾ ਵੀ ਜਿੰਨੇ ਚੰਡੀਗੜ੍ਹ ਦੇ ਕਲਾਕਾਰ ਸਾਰੇ ਆਪਣੇ ਉਦੋਂ ਬਹੁਤ ਪਿਆਰ ਹੁੰਦਾ ਸੀ ਲੋਕਾਂ ਦਾ ਜਿੱਦਾਂ ਅੱਜ ਕੱਲ੍ਹ ਗਾਉਣ ਵਾਲਿਆਂ ਦਾ ਪਿਆਰ ਨਹੀਂ ਹੈਗਾ ਨਾ ਉਸ ਵੇਲੇ ਗਾਉਣ ਵਾਲਿਆਂ ਦਾ ਪਿਆਰ ਬਹੁਤ ਹੁੰਦਾ ਸੀ ਅਸੀਂ ਨਵਜੋਤ ਜੀ ਕਿਸੇ ਦੇ ਘਰੇ ਚੱਲ ਗਏ 33 ਸੈਕਟਰ ਜੀ ਧਨੋਆ ਪ੍ਰੋਡਕਸ਼ਨ ਵਾਲੇ ਜੋਨੀ ਭਾਅ ਜੀ ਅਸੀਂ ਉਹਨਾਂ ਦੇ ਘਰੇ ਚੱਲ ਗਏ ਤਾਂ ਉਹ ਕਹਿੰਦੇ ਵੀ ਆਹ ਮੁੰਡਾ ਨਾ ਜਲੰਧਰ ਤੋਂ ਆ ਅਤੇ ਉਹ ਕਹਿੰਦੇ ਵੀ ਸਾਡਾ ਵੀ ਜਲੰਧਰ ਦੇ ਕੋਲ ਪਿੰਡ ਆ ਬੋਪਾਰਾਮਾ ਅੱਛਾ ਇਹ ਬੋਪਾਰਾਮਾ ਸਾਡੇ ਨਾਨਕੇ ਆ ਅਤੇ ਚਾਂਦਪੁਰ ਸਾਡਾ ਪਿੰਡ ਆ ਮੈਂ ਕਿਹਾ ਅੱਛਾ ਜੀ ਅਤੇ ਉਹ ਕਹਿੰਦੇ ਵੀ ਗਾਣਾ ਗਾਉਣਾ ਸੁਣਾ ਤੂੰ ਮੈਂ ਵੀ ਸੁਣਾਇਆ ਉਹਨੂੰ ਗਾਣੇ ਛੱਲੇ ਮੁੰਦੀਆਂ ਜਦੋਂ ਗਾਣਾ ਸੁਣਾਇਆ 3 ਵਾਰੀ ਸੁਣਿਆ ਉਹਨਾਂ ਨੇ ਅੱਛਾ ਮਹਿਫਲ ਦੇ ਵਿੱਚ ਬੈਠੇ ਅਤੇ ਜਦੋਂ ਸਾਰਿਆਂ ਨੇ ਰੋਟੀ ਰਾਟੀ ਖਾ ਲਈ ਬਰਥਡੇ ਮਨਾ ਲਿਆ ਅਤੇ ਮੈਨੂੰ ਕਹਿੰਦੇ ਵੀ ਤੂੰ ਸਾਡੇ ਕੋਲ ਰਹਿਣਾ ਅੱਜ ਮੈਂ ਵਰਿੰਦਰ ਭਾਅ ਜੀ ਵੱਲ ਦੇਖਾਂ ਉਹ ਕਹਿੰਦੇ ਕੋਈ ਨਹੀਂ ਰਹਿ ਲਾ ਮੈਂ ਕਿਹਾ ਮੈਂ ਤਾਂ ਤੁਹਾਡੇ ਕੋਲ ਰਹਿਣਾ ਆ ਉਹ ਕਹਿੰਦੇ ਨਹੀਂ ਕੋਈ ਨਹੀਂ ਵੀ ਆਪਣੇ ਦੋਸਤੀ ਆ ਉਹ ਇੰਗਲੈਂਡ ਆਇਆ ਸੀ ਮੈਂ ਉਹਨੂੰ ਘਰਿਆ ਪਿਆ ਅਤੇ ਉਹ ਜਦੋਂ ਸਵੇਰ ਨੂੰ ਅਸੀਂ ਉੱਠੇ ਬ੍ਰੇਕਫਾਸਟ ਕੀਤਾ ਤਾਂ ਮੈਨੂੰ ਕਹਿੰਦੇ ਵੀ ਛੱਲੇ ਮੁੰਦੀਆਂ ਰਿਕਾਰਡ ਕੀਤਾ ਮੈਂ ਕਿਹਾ ਹਾਂਜੀ ਅੱਛਾ ਅਤੇ ਕਹਿੰਦੇ ਕਿੰਨੇ ਪੈਸੇ ਲੱਗੇ ਮੈਂ ਕਿਹਾ ਜੀ 9,500 ਰੁਪਏ ਲੱਗਾ ਕਹਿੰਦੇ ਓਕੇ ਅਸੀਂ ਬ੍ਰੇਕਫਾਸਟ ਕੀਤਾ ਤਾਂ ਉਹ ਕੋਰਟ ਚੱਲ ਗਿਆ ਉਹ ਐਗਰੀਮੈਂਟ ਕੰਟਰੈਕਟ ਸਾਈਨ ਕਰਕੇ ਮੈਨੂੰ ਉਹਨਾਂ ਨੇ ਐਗਰੀਮੈਂਟ ਕਰ ਲਿਆ ਕਹਿੰਦੇ ਵੀ ਤੁਹਾਨੂੰ 35,000 ਰੁਪਏ ਦੇ ਦੇਣਾ ਸੀ ਕਿਆ ਬਾਤ ਤੇ ਮੈਂ ਬੜਾ ਖੁਸ਼ ਹਾਂ ਮੈਂ ਆਲਾ ਦੁਆਲਾ ਦੇਖਾਂ ਮੈਂ ਕਿਹਾ ਨਾ ਟੇਪ ਸੁਣੀ ਨਹੀਂ ਮੇਰੀ ਉਹਨਾਂ ਨੇ ਅਤੇ ਉਹ ਕਹਿੰਦੇ ਵੀ ਬਸ ਸੁਣ ਲਈ ਕਹਿੰਦੇ ਤੂੰ ਗਾ ਤਾ ਨਾ ਕਹਿੰਦੇ ਬਿਲਕੁਲ ਅਤੇ ਤੂੰ ਮਹਿਫਲ ਨਾਲੋਂ ਸਟੇਜ 'ਤੇ ਵਧੀਆ ਉਹ 'ਤੇ ਵਧੀਆ ਪਗਾਇਆ ਹੋਊ ਕੈਸਟ 'ਚ ਅਤੇ ਮੁੜ ਕੇ ਉਹਨਾਂ ਨੂੰ ਕੈਸਟ ਸੁਣਾਈ ਬਾਅਦ 'ਚ ਉਹ ਕਹਿੰਦੇ ਵੀ ਓਕੇ 35,000 ਰੁਪਇਆ ਦਿੱਤਾ ਉਹਨਾਂ ਮੈਨੂੰ ਅਤੇ ਫਿਰ ਕੈਟਰ ਕੰਪਨੀ ਮੇਰੇ ਤੋਂ ਸ਼ੁਰੂ ਹੋਈ ਗੌਰਵ ਤਹਿਰੇਨ ਸਾਹਿਬ ਜੀ ਇਹਦੇ ਨਾਲ ਅਸੀਂ ਗੌਰਵ ਭਾਅ ਜੀ ਮੈਂ ਵਰਿੰਦਰ ਬੱਚਨ ਜੀ ਅਸੀਂ ਤਿੰਨੇ ਜਾਣੇ ਛੱਲੇ ਮੁੰਦੀਆਂ ਗੀਤ ਤੋਂ ਹਿੱਟ ਹੋਏ ਜੀ ਕਿਆ ਬਾਤ ਔਰ ਬਹੁਤ ਬਹੁਤ ਖੂਬਸੂਰਤ ਗੀਤ ਹੈ ਜਦੋਂ ਅੱਜ ਵੀ ਅਸੀਂ ਸੁਣਦੇ ਹਾਂ ਤਾਂ ਬਹੁਤ ਖੂਬਸੂਰਤ ਗੀਤ ਹੈ ਜਿਹੜਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਗੀਤ ਖੂਬਸੂਰਤ ਹੁੰਦਾ ਫਿਰ ਅਸੀਂ ਨਿਭਾਉਂਦੇ ਉਹਨੂੰ ਉਸ ਤਰੀਕੇ ਦੇ ਨਾਲ ਜਦੋਂ ਤੁਹਾਡੇ ਗੀਤਾਂ ਦੀ ਗੱਲ ਕਰਦੇ 1990 ਤੋਂ ਇਹ ਸਫ਼ਰ ਸ਼ੁਰੂ ਹੋਇਆ ਅਤੇ ਤਕਰੀਬਨ ਕਿੱਡਾ ਤੁਸੀਂ ਕਿੰਨੇ ਦਹਾਕੇ ਮਤਲਬ 3 ਦਹਾਕੇ ਤੋਂ 31 ਸਾਲ ਹੋ ਗਏ ਅਤੇ ਪਹਿਲਾਂ ਮੇਰੀਆਂ ਟੇਪਾਂ ਇੱਕ ਦੋ ਆਈਆਂ ਛੱਲੇ ਮੁੰਦੀਆਂ ਤੋਂ ਪਹਿਲਾਂ ਜੀ ਉਹ ਧਾਰਮਿਕ ਸੀਗੀਆਂ ਜਾਂ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਸੀਗੀ ਜੀ ਉਹ ਥੋੜ੍ਹੇ ਲੋਕਾਂ ਨੂੰ ਪਤਾ ਲੱਗਿਆ ਅਤੇ ਛੱਲੇ ਮੁੰਦੀਆਂ ਤੋਂ ਮੈਨੂੰ ਪਿਆਰ ਮਿਲਿਆ ਲੋਕਾਂ ਨੇ ਬਹੁਤ ਪਿਆਰ ਦਿੱਤਾ ਮੈਨੂੰ ਅਤੇ ਜਿਹੜੇ ਕੰਪਨੀ ਵਾਲੇ ਮੈਨੂੰ ਪਾਣੀ ਨਹੀਂ ਪੁੱਛਦੇ ਸੀਗੇ ਉਹ ਮੇਰੇ ਪਿੰਡ ਗੱਡੀਆਂ 'ਚ ਆਉਂਦੇ ਰਹੇ ਮੈਂ ਕਸਮ ਖਾਧੀ ਸੀ ਵੀ ਜਿਹੜੇ ਬੰਦਿਆਂ ਨੇ ਮੈਨੂੰ ਠੁਕਰਾਇਆ ਵੀ ਕਿਤੇ ਮੌਕਾ ਮਿਲਿਆ ਉਹਨਾਂ ਨੂੰ ਦੱਸਣਾ ਮੈਂ ਕੋਈ ਮੇਰੀ ਔਕਾਤ ਨਹੀਂ ਮੈਂ ਠੁਕਰਾ ਸਕਾਂ ਕਿਸੇ ਨੂੰ ਮੈਂ ਕਿਹਾ ਪਰਮਾਤਮਾ ਬਦਲਾ ਜ਼ਰੂਰ ਲਊਗਾ ਉਹ ਮੇਰੇ ਕੋਲ ਪਿੰਡ ਆਉਂਦੇ ਰਹੇ ਮੈਂ ਉਹਨਾਂ ਕਿਸੇ ਵੀ ਕੰਪਨੀ ਦੀ ਟੇਪ ਰਿਕਾਰਡ ਨਹੀਂ ਕੀਤੀ ਅੱਜ ਤੱਕ ਕਿਸੇ ਦਾ ਇੱਕ ਵੀ ਗਾਣਾ ਰਿਕਾਰਡ ਨਹੀਂ ਕੀਤਾ
ਬਿਲਕੁਲ ਕਿਉਂਕਿ ਕਹਿੰਦੇ ਸਮਾਂ ਜਿਹੜਾ ਪੰਛੀ ਸਾਹਿਬ ਉਹ ਜਵਾਬ ਦਿੰਦਾ ਹਰ ਚੀਜ਼ ਦਾ, ਤੁਹਾਨੂੰ ਜਵਾਬ ਦੇਣ ਦੀ ਲੋੜ ਨਹੀਂ ਹੈ ਕਿਉਂਕਿ ਤੁਹਾਡੀ ਤੁਸੀਂ ਸਿਰਫ ਗੀਤ ਨਹੀਂ ਗਾਏ, ਤੁਸੀਂ ਇੱਕ ਕਲਾਕਾਰ ਦੇ ਤੌਰ 'ਤੇ ਸਟੈਬਲਿਸ਼ ਨਹੀਂ ਹੋਏ, ਅਸੀਂ ਨਾਲ ਦੀ ਨਾਲ ਵੈਲਿਊਜ਼ ਦੀ ਗੱਲ ਕਰਦੇ ਹਾਂ ਅਤੇ ਕਈ ਗੀਤ ਇੱਦਾਂ ਦੇ ਕਿਉਂਕਿ ਕਿਸੇ ਕਲਾਕਾਰ ਦੇ ਗਾਣੇ ਨੂੰ ਲੋਕ ਗੀਤ ਦਾ ਰੂਪ ਮਿਲ ਜਾਣਾ ਉਹ ਆਪਣੇ ਆਪ 'ਚ ਬਹੁਤ ਵੱਡੀ ਇੱਕ ਗੱਲ ਹੈ। ਲੋਕ ਥਾਂ ਥਾਂ ਬੁਲਾਉਂਦੇ, ਪੀੜ੍ਹੀ ਦਰ ਪੀੜ੍ਹੀ ਉਹ ਚੀਜ਼ਾਂ ਚੱਲਦੀਆਂ ਰਹਿਣ ਅਤੇ ਉਹ ਗਾਣੇ ਜਿਹੜੇ ਲੋਕ ਗੀਤ ਬਣੇ ਅਸੀਂ ਉਹ ਵੀ ਚਾਹੁੰਦੇ, ਉਹਨਾਂ ਦੇ ਮੁਖੜੇ ਵੀ ਸਾਡੇ ਦਰਸ਼ਕ ਜਿਹੜੇ ਆ ਉਹ ਜ਼ਰੂਰ ਸੁਣਨ। ਲਓ ਮੇਰੇ ਬਹੁਤ ਸਾਰੇ ਦੋਸਤ ਆ, ਮੈਂ ਉਹਨਾਂ ਨੂੰ ਜਿਹੜੇ ਪਿਆਰ ਕਰਦੇ ਮੇਰੇ ਗੀਤਾਂ ਨੂੰ, ਪਰਦੇਸਾਂ 'ਚ ਬੈਠੇ ਜਿਹੜੇ ਮੇਰੇ ਵੱਸਦੇ ਪੰਜਾਬੀ ਭੈਣ ਭਰਾ ਉਹਨਾਂ ਲਈ ਮੈਂ ਗਾਣਾ ਪੇਸ਼ ਕਰਾਂ ਆਪਣਾ ਜੀ। ਮੇਰੀ ਕੈਸਟ ਸੀ ਸ਼ਾਹਾਂ ਦੀ ਕੁੜੀ ਹੈ ਗਰੀਬ ਦਿੱਤਾ ਮਾਰਨੀ, ਉਸ ਕੈਸਟ ਦੇ ਵਿੱਚੋਂ ਮੇਰਾ ਗੀਤ ਆ। ਦਿੱਲੀ ਦੇ ਹਵਾਈ ਅੱਡੇ 'ਤੇ ਯਾਰ ਯਾਰਾਂ ਤੋਂ ਵਿਛੜਦੇ ਰਹਿੰਦੇ, ਇੱਕ ਸਮਾਂ ਨਾ ਵਜੋਤ ਇੱਦਾਂ ਆਇਆ ਜਦੋਂ ਸੋਮੋ ਟਾਟਾ ਸੋਮੋ ਦਿੱਲੀ ਨੂੰ ਜਾਂਦੀਆਂ ਸੀ ਨਾ, ਬਿਲਕੁਲ ਸਹੀ, ਅਤੇ ਉਹਦੇ ਪਿੱਛੇ ਲਿਖਿਆ ਹੁੰਦਾ ਦਿੱਲੀ ਦੇ ਹਵਾਈ ਅੱਡੇ 'ਤੇ, ਬਿਲਕੁਲ ਯਾਰ ਯਾਰਾਂ ਤੋਂ ਵਿਛੜਦੇ ਨੇ। ਉਹ ਗੀਤ ਦੇ ਦੋ ਬੋਲ ਮੈਂ ਨਜ਼ਰ ਕਰ ਰਿਹਾ ਆਪਣੇ ਪਰਦੇਸੀ ਭੈਣ ਭਰਾਵਾਂ ਲਈ। ਉਹ ਭੈਣਾਂ ਤੋਂ ਵੀਰੇ ਵਿਛੜੇ, ਮਾਵਾਂ ਤੋਂ ਹੀਰੇ ਵਿਛੜੇ, ਭੈਣਾਂ ਤੋਂ ਵੀਰੇ ਵਿਛੜੇ, ਉਹ ਮਾਵਾਂ ਤੋਂ ਹੀਰੇ ਵਿਛੜੇ, ਦਿਨ ਰਾਤ ਹੀ ਵਿਛੋੜੇ ਉੱਥੇ ਪੈਂਦੇ। ਦਿੱਲੀ ਦੇ ਹਵਾਈ ਅੱਡੇ ਤੇ ਯਾਰ ਯਾਰਾਂ ਤੋਂ ਵਿਛੜਦੇ ਰਹਿੰਦੇ, ਦਿੱਲੀ ਦੇ ਹਵਾਈ ਅੱਡੇ ਤੇ ਉਹ ਯਾਰ ਯਾਰਾਂ ਤੋਂ ਵਿਛੜਦੇ ਰਹਿੰਦੇ, ਉਹ ਦਿੱਲੀ ਦੇ ਹਵਾਈ ਅੱਡੇ ਤੇ ਉਹ ਯਾਰ ਯਾਰਾਂ ਤੋਂ ਵਿਛੜਦੇ ਰਹਿੰਦੇ। ਉਹ ਹੱਸਦਾ ਇੱਕ ਪਾਸੇ ਪੈਸਾ, ਰੋਂਦਾ ਹੈ ਪਿਆਰ ਨਿਮਾਣਾ, ਉਹ ਬਿਲਕੇ ਕੋਈ ਚੂੜੇ ਵਾਲੀ ਜਿਸ ਨੂੰ ਨਾ ਦਿਸੇ ਟਿਕਾਣਾ, ਉਹਦੇ ਨਲਕਾ ਦੀ ਯਾਰੀ ਜੀਦੀ ਰਹੇ ਨਿੱਤ ਤਿਆਰੀ, ਉਹਦੇ ਨਲਕਾ ਦੀ ਯਾਰੀ ਉਹ ਜੀਦੀ ਰਹੇ ਨਿੱਤ ਤਿਆਰੀ। ਸਾਰ ਮੁੜ ਕੇ ਗਰੀਬਾਂ ਦੀ ਨਾ ਲੈਂਦੇ, ਉਹ ਦਿੱਲੀ ਦੇ ਹਵਾਈ ਅੱਡੇ ਤੇ ਉਹ ਯਾਰ ਯਾਰਾਂ ਤੋਂ ਵਿਛੜਦੇ ਰਹਿੰਦੇ, ਉਹ ਦਿੱਲੀ ਦੇ ਹਵਾਈ ਅੱਡੇ ਤੇ ਉਹ ਯਾਰ ਯਾਰਾਂ ਤੋਂ ਵਿਛੜਦੇ ਰਹਿੰਦੇ। Gandola Travels. Book your flight tickets online. Fast and easy way to book your domestic and international flight tickets. Friendly customer support. Travel in budget and style. Gandola Travels. Call 209-800-8808. Website www.gandolatravels.com. ਕਿਆ ਬਾਤ ਹੈ ਪੰਛੀ ਜੀ। ਔਰ ਹੈਰਾਨੀ ਦੀ ਗੱਲ ਹੈ ਕਿ ਇਹ ਉਹ ਗੀਤ ਜਦੋਂ ਪੁੱਤ ਬਾਹਰ ਚਲੇ ਜਾਂਦੇ ਸੀਗੇ ਤੇ ਉਹ ਫੋਨ ਦੇ ਦੂਜੇ ਪਾਸੇ ਰੋਂਦੇ ਸੀ ਤੇ ਮਾਵਾਂ ਜਾਂ ਉਹਨਾਂ ਦੇ ਜਿਹੜੇ ਜੀਵਨ ਸਾਥੀ ਇਧਰਲੇ ਪਾਸੇ ਰੋਂਦੇ ਸੀ, ਕਿਉਂਕਿ ਸ਼ਾਇਦ ਉਹ ਸੰਤਾਪ ਅਸੀਂ ਲੋਕਾਂ ਨੇ ਆਪਣੇ ਘਰਾਂ 'ਚ ਹੰਡਾਇਆ, ਹੈ ਨਾ, ਪੰਜਾਬੀਆਂ ਨੇ ਖਾਸ ਕਰ। ਬਿਲਕੁਲ। ਔਰ ਉਹ ਚੀਜ਼ਾਂ ਦਿਲ ਨੂੰ ਵਲੂੰਦਰਦੀਆਂ ਜਦੋਂ ਆਪਾਂ ਚੀਜ਼ਾਂ ਦੇਖਦੇ ਹਾਂ। ਔਰ ਕਲਾਕਾਰ ਦੇ ਮੋਢਿਆਂ 'ਤੇ ਬੜਾ ਵੱਡਾ ਇੱਕ ਜ਼ਿੰਮਾ ਹੁੰਦਾ ਕਿ ਉਹ ਸਮਾਜ ਦੀ ਗੱਲ ਕਰੇ, ਲੋਕਾਂ ਦੀ ਗੱਲ ਕਰੇ। ਜਦੋਂ ਅਸੀਂ ਤੁਹਾਡੇ ਗਾਣੇ ਦਾ ਲੇਖਾ ਜੋਖਾ ਕਰਦੇ ਹਾਂ, 550 ਦੇ ਕਰੀਬ ਜਿੰਨੇ ਵੀ ਤੁਸੀਂ ਗੀਤ ਗਾਏ ਨੇ, ਇੱਕ ਚੀਜ਼ ਜਿਹੜੀ ਸਾਨੂੰ ਬਹੁਤ ਸੋਹਣੀ ਲੱਗੀ, ਵਧੀਆ ਲੱਗੀ ਕਿ ਤੁਸੀਂ ਉਹਨਾਂ ਗਾਣਿਆਂ ਨੂੰ ਉਦੋਂ ਤੱਕ ਅਪਰੂਵਡ ਨਹੀਂ ਮੰਨਦੇ, ਉਹਨਾਂ ਗਾਣਿਆਂ ਨੂੰ ਉਦੋਂ ਤੱਕ ਗਾਣਾ ਮੰਨਿਆ ਹੋਇਆ ਪ੍ਰਵਾਨ ਚੜਿਆ ਨਹੀਂ ਮੰਨਦੇ ਜਦੋਂ ਤੱਕ ਕਿ ਉਹਨੂੰ ਪਰਿਵਾਰ ਨਹੀਂ ਮਾਨਤਾ ਦੇ ਦਿੰਦਾ। ਵਾਹ ਜੀ ਵਾਹ। ਮੇਰੀ ਇਹੀ ਕੋਸ਼ਿਸ਼ ਹੁੰਦੀ ਆ ਨਵਜੋਤ ਜੀ, ਵੀ ਮੈਂ ਪਹਿਲਾਂ ਇਹ ਦੇਖਦਾ ਵੀ ਮੇਰੇ ਪਰਿਵਾਰ ਨੂੰ ਇਹ ਗਾਣਾ ਚੰਗਾ ਲੱਗਦਾ, ਜਾਂ ਕੋਈ ਇਹਦੇ ਵਿੱਚ ਇੱਦਾਂ ਦਾ ਵਰਡ ਤਾਂ ਨਹੀਂ ਜਿਹੜਾ ਆਪਾਂ ਇਹਨੂੰ ਨਹੀਂ ਗਾਉਣਾ ਜਾਂ ਕੱਟਣਾ। ਜਿਹੜਾ ਮੇਰੇ ਨਾਲ ਬੇਸ਼ੱਕ ਮੈਨੂੰ ਪੈਸੇ ਦੇਵੇ ਨਾ ਦੇਵੇ, ਮੈਂ ਕਿਸੇ ਦੀ ਬਾਹਲੀ ਕੰਪਨੀ ਵਾਲੇ ਦੀ ਜਾਂ ਮੈਂ ਕਿਸੇ ਦੀ ਵੀ ਤੂੰ ਆਹ ਕਰ ਮੈਂ ਉਹਦਾ ਨਹੀਂ ਕਹਿਣਾ ਮੰਨਦਾ। ਮੈਨੂੰ ਗਾਣਾ ਨਾ ਕਰਨਾ ਮਨਜ਼ੂਰ ਆ, ਮੈਂ ਗਾਣਾ ਉਹ ਕਰਨਾ ਜਿਹੜਾ ਮੈਨੂੰ ਚੰਗਾ ਲੱਗਦਾ। ਗਾਣਾ ਚੱਲੇ ਨਾ ਚੱਲੇ ਉਹ ਬਾਅਦ ਦੀ ਗੱਲ ਆ, ਇਹ ਨਾ ਵੀ ਸਾਡੇ ਮਰਨ ਤੋਂ ਬਾਅਦ ਸਾਨੂੰ ਗਾਲਾਂ ਕੱਢਣ ਲੋਕੀ। ਬਿਲਕੁਲ ਸਹੀ। ਵੀ ਆਹ ਕੀ ਕਰ ਗਿਆ ਪੁਰਾਣੇ ਕਲਾਕਾਰ, ਕਿਉਂਕਿ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਜ਼ਿੰਮੇਵਾਰੀ ਬਹੁਤ ਵੱਡੀ ਹੈ ਸਮਾਜ ਦੀ। ਜਦੋਂ ਅਸੀਂ ਸਮਾਜ ਦੀ ਗੱਲ ਕਰਦੇ ਹਾਂ ਤਾਂ ਜੇ ਸਮਾਜ ਦੇ ਜੋ ਤੁਸੀਂ ਇੱਕ ਕਲਾਕਾਰ ਬਣ ਕੇ ਪੈਦਾ ਹੋਏ ਉਸੇ ਸਮਾਜ ਦੇ ਵਿੱਚ ਅੱਜ ਦੇ ਕਲਾਕਾਰ ਰਹਿ ਰਹੇ ਨੇ, ਤੇ ਜਦੋਂ ਉਹਨਾਂ ਦੇ ਅਸੀਂ ਗੀਤਾਂ ਨੂੰ ਦੇਖਦੇ ਹਾਂ, ਪਹਿਲਾਂ ਤਾਂ ਅਸੀਂ ਸੁਣਦੇ ਸੀ, ਹੁਣ ਤਾਂ ਦੇਖਣ ਦਾ ਟ੍ਰੈਂਡ ਬਹੁਤ ਵੱਧ ਗਿਆ, ਤੇ ਜਦੋਂ ਦੇਖਦੇ ਹਾਂ ਕੀ ਪਰੋਸਿਆ ਜਾ ਰਿਹਾ ਉਹਨਾਂ ਗੀਤਾਂ ਦੇ ਨਾਂ 'ਤੇ, ਉਹ ਦੇਖ ਕੇ ਹੈਰਾਨੀ ਅਤੇ ਪਰੇਸ਼ਾਨੀ ਦੋਨੋਂ ਚੀਜ਼ਾਂ ਸਾਡੇ ਸਾਹਮਣੇ ਆਉਂਦੀ। ਬਿਲਕੁਲ ਜੀ। ਇਹਦੇ ਵਿੱਚ ਮੈਂ ਇਹ ਚਾਹੂੰਗਾ ਜਿੱਥੇ ਗਾਉਣ ਵਾਲੇ ਕਸੂਰਵਾਰ ਆ, ਜਿੱਥੇ ਵੀਡੀਓ ਡਾਇਰੈਕਟਰ ਕਸੂਰਵਾਰ ਆ, ਜਿੱਥੇ ਕੰਪਨੀਆਂ ਵਾਲੇ ਕਸੂਰਵਾਰ ਆ, ਜਾਂ ਜਿੱਥੇ ਚੈਨਲਾਂ ਵਾਲੇ ਕਸੂਰਵਾਰ ਆ, ਜਿਹੜੇ ਕਹਿੰਦੇ ਅਸੀਂ ਪੰਜਾਬੀ ਨੂੰ ਪ੍ਰਮੋਟ ਕਰ ਰਹੇ ਹਾਂ, ਉਹ ਪੰਜਾਬੀ ਨੂੰ ਪ੍ਰਮੋਟ ਨਹੀਂ ਕਰ ਰਹੇ, ਉਹ ਪੰਜਾਬੀ ਨੂੰ ਢਾਹ ਲਾ ਰਹੇ ਆ।
ਉਹਦੇ ਵਿੱਚ ਦਰਸ਼ਕਾਂ ਦਾ ਵੀ ਕਸੂਰ ਆ, ਇਕੱਲੇ ਗਾਉਣ ਵਾਲਿਆਂ ਦਾ ਵੀ ਕਸੂਰ ਨਹੀਂ। ਮੈਂ ਕਹੂੰਗਾ ਜੀ, ਤੁਸੀਂ ਉਹਨਾਂ ਨੂੰ ਪੈਸੇ ਦਿੰਦੇ ਹੋ, ਤੁਸੀਂ ਉਹਨਾਂ ਨੂੰ ਸੱਦਦੇ ਹੋ, ਤੁਹਾਡੇ ਨਿਆਣੇ ਸਭ ਤੋਂ ਜ਼ਿਆਦਾ ਉਹਨਾਂ ਨੂੰ ਸੁਣਦੇ ਆ। ਕਈ ਵਾਰੀ ਹੁੰਦੇ ਨਾ ਵੀ ਅੰਮ੍ਰਿਤਧਾਰੀ ਕੋਈ ਸਰਦਾਰ ਮੇਰਾ ਭੈਣ ਭਰਾ ਵਿਦੇਸ਼ਾਂ 'ਚ ਵੱਸਦੇ ਆ, ਮੈਂ ਕਿਸੇ ਧਰਮ 'ਤੇ ਜਾਂ ਮੈਂ ਕਿਸੇ ਲਈ ਕਿੰਤੂ ਪ੍ਰੰਤੂ ਨਹੀਂ ਕਰਦਾ। ਮਾਂ ਪਿਓ ਦੀ ਸੋਚ ਹੋਰ ਹੁੰਦੀ ਆ, ਉਹ ਬੱਚੇ ਚੋਰੀ ਚੋਰੀ ਉਹ ਗਾਣੇ ਸੁਣਦੇ ਜਿਹੜੇ ਮਾਂ ਪਿਓ ਕਹਿੰਦੇ ਵੀ ਤੁਸੀਂ ਨਹੀਂ ਸੁਣਨੇ, ਉਹ ਸਮਾਂ 'ਤੇ ਜ਼ਿਆਦਾ ਉਹਨਾਂ ਨੂੰ ਪ੍ਰਮੋਟ ਕਰਦੇ ਆ ਜੀ। ਇਸ ਕਰਕੇ ਕਸੂਰ ਸਾਡਾ ਸਾਰਿਆਂ ਦਾ ਹੀ ਆ। ਇੱਕ ਆਪਾਂ ਸਮਾਜ ਦੇ ਵਿੱਚ ਹੋਰ ਰਿਵਾਜ਼ ਦੇਖਿਆ, ਉਹ ਸਾਡੇ ਟ੍ਰੈਂਡ ਪੰਜਾਬ 'ਚ ਵੀ ਸ਼ੁਰੂ ਹੋ ਗਿਆ, ਲੋਕਾਂ ਦੇ ਇੱਕ ਇੱਕ ਦੋ ਦੋ ਬੱਚੇ ਆ ਜਦੋਂ ਉਹਨਾਂ ਦਾ ਜਨਮ ਦਿਨ ਆ, ਜਦੋਂ ਉਹਨਾਂ ਦੀਆਂ ਵਿਆਹ ਸ਼ਾਦੀਆਂ ਹੋਣੀਆਂ ਹੁੰਦੀਆਂ ਤੇ ਲੋਕ 6 ਮਹੀਨੇ ਪਹਿਲਾਂ ਪੈਸੇ ਜੋੜਨੇ ਸ਼ੁਰੂ ਕਰਦੇ ਕਿ ਸਾਡੇ ਮੁੰਡੇ ਨੂੰ ਆਹ ਵਾਲਾ ਸਿੰਗਰ ਪਸੰਦ ਆ, ਅਸੀਂ ਉਹਨੂੰ ਬੁਲਾਉਣਾ, ਉਹਨੂੰ ਸੱਦਣਾ। ਉਹ ਮਾਂ ਪਿਓ ਦੀ ਮਜਬੂਰੀ ਬਣ ਜਾਂਦੀ ਆ, ਉਹ ਆਪਣੇ ਬੱਚੇ ਦੀ ਖੁਸ਼ੀ ਦੀ ਖਾਤਰ ਕੁਛ ਵੀ ਕਰਦੇ ਆ। ਪਰ ਖੁਸ਼ੀ ਦੇ ਲਈ ਪੰਛੀ ਜੀ ਅਸੀਂ ਕੀ ਪਰੋਸਣ ਕੀ ਲੱਗ ਪਏ ਆ ਆਪਣੇ ਬੱਚਿਆਂ ਦੇ ਅੱਗੇ, ਤੇ ਉਹਦਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਿੱਟਾ ਕੀ ਭੁਗਤਣਾ, ਇਹਦੇ ਬਾਰੇ ਅਸੀਂ ਜਾਗਰੂਕ ਨਹੀਂ ਹੁੰਦੇ। ਇਹ ਸਾਡੇ ਜਿਹੜੇ ਸਾਡਾ ਸਮਾਜ ਆ ਜਾਂ ਸਾਡੇ ਲੋਕ ਆ, ਇਹ ਚਾਹੁੰਦੇ ਆ ਵੀ ਸਾਡੇ ਕੋਲ ਪੈਸੇ ਬਹੁਤ ਆ, ਸਾਡੀ ਵੱਡੀ ਕੋਠੀ ਆ, ਸਾਡੇ ਕੋਲ ਵੱਡੀਆਂ ਗੱਡੀਆਂ, ਸਾਡੀਆਂ ਵੱਡੀਆਂ ਫੈਕਟਰੀਆਂ ਆ, ਔਰ ਜੇ ਅਸੀਂ ਮਾੜਾ ਕਲਾਕਾਰ ਸੱਦਿਆ ਜਿਹਨੂੰ ਲੋਕ ਜਾਣਦੇ ਹੀ ਨਹੀਂ ਤੇ ਫਿਰ ਫਾਇਦਾ ਵੀ ਕੋਈ ਨਹੀਂ। ਉਹਨੂੰ ਸੱਦੋ ਜਿਹੜਾ ਚੈਨਲਾਂ ਤੇ ਬਾਰ ਬਾਰ ਆਉਂਦਾ, ਚਾਹੇ ਉਹਨੂੰ ਗਾਉਣਾ ਆਉਂਦਾ ਚਾਹੇ ਨਹੀਂ ਆਉਂਦਾ। ਚੈਨਲ ਦੀ ਆਪਾਂ ਗੱਲ ਕਰਦੇ, ਅਸੀਂ ਜਦੋਂ ਤੁਹਾਡਾ ਦੌਰ ਦੇਖਦੇ ਹਾਂ, ਅਸੀਂ ਕੁਲਦੀਪ ਮਾਣਕ ਸਾਹਿਬ ਦਾ ਦੌਰ ਦੇਖਦੇ ਹਾਂ, ਅਸੀਂ ਮਾਸਟਰ ਸਲੀਮ ਦਾ ਦੌਰ ਦੇਖਦੇ ਹਾਂ, ਦੂਰਦਰਸ਼ਨ ਤੋਂ ਸ਼ੁਰੂਆਤ ਹੁੰਦੀ ਹੈ, ਉਹ ਤੋਂ ਬਾਅਦ ਸਟੇਜਾਂ ਲੱਗਦੀਆਂ, ਲਾਈਵ ਆ, ਅਖਾੜੇ ਆ, ਲੋਕ ਤੁਹਾਨੂੰ ਬੁਲਾਉਂਦੇ ਆ ਗਾਉਣ ਲਈ, ਤੇ ਹਿੱਕ ਦੀ ਜ਼ੋਰ ਤੇ ਜਦੋਂ ਗਾਇਕ ਗਾਉਂਦਾ ਤੇ ਪਤਾ ਲੱਗਦਾ ਕਿ ਬੰਦੇ ਨੂੰ ਖੜੇ ਬੰਦੇ, ਮੈਂ ਜਦੋਂ ਦੀ ਤੁਹਾਡੀ ਇੰਟਰਵਿਊ ਕਰ ਰਹੀ ਮੇਰੇ ਉਦੋਂ ਦੇ ਰੌਂਗਟੇ ਜਿਹੜੇ ਖੜੇ ਹੋਏ ਪਏ ਨੇ, ਕਿਉਂਕਿ ਇਹ ਚੀਜ਼ਾਂ ਕਮਾਈਆਂ ਜਾਂਦੀਆਂ ਰਿਆਜ਼ ਦੇ ਨਾਲ, ਅਭਿਆਸ ਦੇ ਨਾਲ, ਮਿਹਨਤ ਦੇ ਨਾਲ, ਹਨਾ। ਤੇ ਜਦੋਂ ਉਹ ਚੀਜ਼ ਅਸੀਂ ਅੱਜ ਦੇ ਟਾਈਮ 'ਚ ਦੇਖਦੇ ਹਾਂ ਕਿ ਅਸੀਂ ਇਫੈਕਟ ਲਾ ਲਏ ਆਪਣੀ ਆਵਾਜ਼ ਦੇ ਵਿੱਚ, ਸਾਡੇ ਕੋਲ ਸੋਸ਼ਲ ਮੀਡੀਆ ਇੰਨਾ ਹਾਵੀ ਪ੍ਰਭਾਵੀ ਹੈ, ਅਸੀਂ ਇੰਸਟਾਗ੍ਰਾਮ ਹੈ, ਫੇਸਬੁੱਕ ਹੈ, ਯੂਟਿਊਬ ਹੈ, ਸਾਨੂੰ ਇੱਦਾਂ ਲੱਗਦਾ ਕਿ ਸਾਡੇ ਦੇ ਲਈ ਸਿਰਫ ਤੇ ਸਿਰਫ ਇਹੀ ਇੱਕ ਆਡੀਅੰਸ ਆ ਜਿਹੜੀ ਸਾਡੇ ਬਾਰੇ ਡਿਸਾਈਡ ਕਰ ਰਹੀ ਹੈ ਕਿ ਅਸੀਂ ਕੀ ਦੇਖਣਾ, ਕੀ ਗਾਉਣਾ। ਪਰ ਲੋਕਾਂ ਦੇ ਅਸੀਂ ਸਮਾਜ ਨੂੰ ਅਸੀਂ ਡਿਲੀਵਰ ਕੀ ਕਰਨਾ, ਕੀ ਸਾਡੀ ਜ਼ਿੰਮੇਵਾਰੀ ਬਣਦੀ ਹੈ, ਇਹਦੇ ਬਾਰੇ ਇਹਨਾਂ ਗਾਇਕਾਂ ਨੂੰ ਨੱਥ ਪਾਉਣ ਲਈ ਕੁਛ ਨਹੀਂ ਹੈ। ਇਹ ਤਾਂ ਸਾਡੇ ਸਰੋਤਿਆਂ ਨੂੰ ਵੀ ਨੱਥ ਪਾਉਣੀ ਚਾਹੀਦੀ ਆ, ਸਾਡੀਆਂ ਸਰਕਾਰਾਂ ਨੂੰ ਨੱਥ ਪਾਉਣੀ ਚਾਹੀਦੀ ਆ। ਜੇ ਸਾਡੀਆਂ ਸਰਕਾਰਾਂ ਜਿੱਦਾਂ ਨਸ਼ੇ ਜਿੱਦਾਂ ਵਿਕਦੇ ਆ ਪੰਜਾਬ ਦੀ ਧਰਤੀ 'ਤੇ, ਸ਼ਰੇਆਮ ਨਸ਼ੇ ਵਿਕਦੇ ਆ, ਸਾਰੇ ਪੁਲਿਸ ਵਾਲਿਆਂ ਨੂੰ ਵੀ ਪਤਾ ਆ, ਸਾਰੇ ਲੀਡਰਾਂ ਨੂੰ ਵੀ ਪਤਾ ਆ ਕੌਣ ਵੇਚਦਾ ਆ, ਕੌਣ ਡਿਲੀਵਰ ਕਰਦਾ ਆ, ਕੌਣ ਖਾਂਦਾ ਆ, ਕੌਣ ਪੀਂਦਾ, ਸਾਰੀ ਦੁਨੀਆਂ ਨੂੰ ਪਤਾ। ਪਰ ਦੋਸ਼ੀ ਅਸੀਂ ਉੱਥੇ ਵੀ ਫੜਦੇ ਨਹੀਂ ਜੀ, ਕਿਉਂਕਿ ਕਿਸੇ ਦੀ ਕਿਸੇ ਨਾਲ ਰਿਸ਼ਤੇਦਾਰੀ ਆ, ਕਿਸੇ ਦੀ ਪੁਲਿਸ ਵਾਲੇ ਨਾਲ ਰਿਸ਼ਤੇਦਾਰੀ ਆ, ਕਿਸੇ ਦੇ ਲੀਡਰ ਨਾਲ ਰਿਸ਼ਤੇਦਾਰੀ ਆ, ਉਹ ਫੋਨ ਕਰਨ ਦਾ ਕੋਈ ਨਹੀਂ, ਆਪਣਾ ਬੰਦਾ ਛੱਡ ਦਿਓ। ਅਤੇ ਜੇ ਆਪਾਂ ਨੱਥ ਨਾ ਪਾਈ ਤਾਂ ਸਾਡੇ ਸਮਾਜ ਨੇ ਜਿਹੜਾ ਦਿਨੋ ਦਿਨ ਨਿਗਰਦੇ ਜਾਣਾ, ਜਵਾਨੀ ਕਿਸਾਨੀ ਨੌਜਵਾਨ ਸਾਡਾ ਦਿਨੋ ਦਿਨ ਬੇਰੁਜ਼ਗਾਰ ਹੋ ਰਿਹਾ, ਉਹ ਕੰਮ ਦਾ ਨਹੀਂ ਰਹਿ ਗਿਆ, ਉਸ ਨਸ਼ੇ ਖਾ ਖਾ ਕੇ ਉਹਨੇ ਆਪਣੀ ਸਿਹਤ ਦਾ ਬੁਰਾ ਹਾਲ ਕਰ ਲਿਆ ਆ, ਅਤੇ ਆਪਣੇ ਸਮਾਜ ਦਾ ਆਪਣੇ ਮਾਪਿਆਂ ਦਾ ਬੁਰਾ ਹਾਲ ਕਰ ਦਿੱਤਾ। ਇੱਕ ਚੀਜ਼ ਪੰਛੀ ਜੀ ਹੋਰ ਇਹਦੇ ਨਾਲ ਜੁੜੀ ਹੈ, ਕਿਉਂਕਿ ਜਿੱਥੇ ਅਸੀਂ ਆਪਣੇ ਅਸ਼ਲੀਲਤਾ ਪਰੋਸ ਰਹੇ ਹਾਂ, ਨਸ਼ੇ ਪਰੋਸ ਰਹੇ ਹਾਂ, ਅਸੀਂ ਇਹਦੇ ਵਿੱਚ ਆਪਣੇ ਬੰਦੂਕਾਂ ਅਸਲਾ ਬਹੁਤ ਕੁਛ ਪਰੋਸ ਰਹੇ ਹਾਂ, ਬਿਲਕੁਲ। ਇੱਕ ਚੀਜ਼ ਹੋਰ ਹੈ ਜਿਹੜੀ ਗਾਇਕੀ ਦੇ ਮੱਥੇ 'ਤੇ ਚੀਜ਼ ਜਿਹੜੀ ਇੱਕ ਸਵਾਲੀਆ ਨਿਸ਼ਾਨ ਲਾਉਂਦੀ ਹੈ, ਕਬੂਤਰਬਾਜ਼ੀ। ਇਹ ਹਾਲਾਂਕਿ ਅੱਜ ਕੱਲ੍ਹ ਲਫ਼ਜ਼ ਥੋੜ੍ਹਾ ਅੰਦਰ ਖਾਤੇ 'ਚ ਚਲਾ ਗਿਆ, ਪਰ ਪਿਛਲੇ ਦੌਰ 'ਚ ਬਹੁਤ ਚੀਜ਼ ਨਿਕਲ ਕੇ ਬਾਹਰ ਆਈ। ਦੇਖੋ ਜੀ, ਮੈਂ ਇਹ ਕਹੂੰਗਾ ਵੀ ਮੇਰੇ 'ਤੇ ਵੀ ਲੋਕਾਂ ਨੇ ਦੋਸ਼ ਲਾਇਆ ਜੀ, ਮੈਂ ਇਸ ਗੱਲ ਨੂੰ ਕਬੂਲਦਾ, ਪਰ ਮੈਂ ਕਬੂਤਰਬਾਜ਼ੀ ਨਹੀਂ ਕੀਤੀ। ਇਹ ਮੈਂ ਗੱਲ ਕਲੀਅਰ ਕਰਨੀ ਚਾਹੁੰਦਾ, ਜਿਹੜੇ ਗਾਉਣ ਵਾਲਿਆਂ ਨੇ ਕਬੂਤਰਬਾਜ਼ੀ ਕੀਤੀ, ਜਿਹੜੇ ਗਾਉਣ ਵਾਲਿਆਂ ਨੇ ਨਸ਼ੇ ਵੇਚੇ ਜੀ, ਜਿਹੜੇ ਗਾਉਣ ਵਾਲਿਆਂ ਨੇ ਸਭ ਤੋਂ ਵੱਧ ਗਲਤ ਕੰਮ ਕੀਤੇ, ਉਹਨਾਂ ਨੇ ਸਭ ਤੋਂ ਜ਼ਿਆਦਾ ਪੈਸਾ ਕਮਾਇਆ, ਉਹਨਾਂ 'ਤੇ ਕੋਈ ਦੋਸ਼ ਨਹੀਂ ਲੱਗੇ ਜੀ, ਅਤੇ ਸਾਡੇ ਵਰਗੇ ਗਰੀਬਾਂ 'ਤੇ ਲੋਕਾਂ ਨੇ ਦੋਸ਼ ਲਾਏ, ਠੀਕ ਨਹੀਂ। ਅਤੇ ਮੈਂ ਇਹ ਕਹਿਣਾ ਚਾਹੁੰਦਾ ਵੀ 80-85% ਗਾਉਣ ਵਾਲੇ ਪੰਜਾਬ ਦੇ ਸਾਰਿਆਂ ਨੇ ਕਬੂਤਰਬਾਜ਼ੀ ਕੀਤੀ ਆ ਜੀ। ਤੇ ਜੇ ਮੈਂ ਕਿਸੇ ਨਾਂ ਲੈਣ ਲੱਗਾ ਤਾਂ ਹੋ ਸਕਦਾ ਗੁੱਸਾ ਕਰਨ, ਪਰ ਮੈਂ ਨਾਂ ਨਹੀਂ ਲੈਣਾ। ਇਹ ਪਤਾ ਸਾਰਿਆਂ ਨੂੰ ਅੰਦਰੋਂ ਅੰਦਰ ਹੀ ਹੈਗਾ ਵੀ ਅਸੀਂ ਕੀ ਕੀਤਾ। ਬਿਲਕੁਲ ਸਹੀ। ਮੈਂ ਆਪਣੇ ਆਪ ਨੂੰ ਇਸ ਫੀਲਡ ਦੇ ਵਿੱਚੋਂ ਮੈਂ ਕਹੂੰਗਾ ਮੈਂ ਇਹ ਕੰਮ ਨਹੀਂ ਕੀਤਾ ਜੀ। ਔਰ ਇਹ ਮਾਣ ਵਾਲੀ ਗੱਲ ਹੈ ਪੰਛੀ ਸਾਹਿਬ, ਇਕੱਲੀ ਤੁਹਾਡੇ ਲਈ ਨਹੀਂ, ਸਾਡੇ ਲੋਕਾਂ ਲਈ ਵੀ, ਕਿਉਂਕਿ ਇਸੇ ਕਰਕੇ ਅਸੀਂ ਲੋਕ ਜਦੋਂ ਵੀ ਅਸੀਂ ਤੁਹਾਡਾ ਨਾਮ ਆਉਂਦਾ, ਇਹਨਾਂ ਦੇ ਗਾਇਕਾਂ ਦਾ ਨਾਮ ਆਉਂਦਾ, ਸਾਡਾ ਜਿਹੜਾ ਸਿਰ ਹੈ ਇੱਕ ਅਦਬ ਦੇ ਨਾਲ ਝੁਕਦਾ, ਕਿਉਂਕਿ ਸਮਾਜ ਨੂੰ ਜਿਹੜੀ ਦੇਣ ਹੈ ਉਹਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ। ਜਿੱਥੇ ਤੁਸੀਂ ਬਾਕੀ ਗੀਤ ਗਾਏ, ਅਲੱਗ ਅਲੱਗ ਤਰ੍ਹਾਂ ਦੇ ਗੀਤ ਗਾਏ, ਉੱਥੇ ਇੱਕ ਨਵਾਂ ਟਰੈਕ ਵੀ ਤੁਹਾਡਾ ਆਇਆ ਜਿਹੜਾ ਧਾਰਮਿਕ ਹੈ, ਉਹਦੇ ਬਾਰੇ ਜ਼ਰੂਰ ਦੱਸੋ। ਮੇਰਾ ਨਵਜੋਤ ਜੀ ਨਵਾਂ ਗੀਤ ਆਇਆ ਰੱਬ ਦਾ ਨਾਮ, ਅਤੇ ਸੋਢੀ ਨਾਗਰਾ ਜੀ ਮਿਊਜ਼ਿਕ ਟਾਈਮ ਕੰਪਨੀ ਕਨੇਡਾ, ਅਤੇ ਸੋਢੀ ਨਾਗਰਾ ਜੀ ਨੇ ਮੇਰਾ ਗਾਣਾ ਰਿਲੀਜ਼ ਕੀਤਾ। ਇਸ ਗਾਣੇ ਨੂੰ ਲਿਖਿਆ ਸਰਦਾਰ ਫੰਗਣ ਸਿੰਘ ਜੀ ਧਾਮੀ ਸਾਹਿਬ, ਜੋ USA ਕੈਲਾਫੋਰਨੀਆ ਸੈਕਰਾਮੈਂਟੋ ਰਹਿੰਦੇ ਆ ਜੀ, ਅਤੇ ਉਹ ਕੈਲਾਫੋਰਨੀਆ ਟਰਕਿੰਗ ਦਾ ਕੰਮ ਕਰਦੇ ਆ ਜੀ, ਅਤੇ ਹੁਸ਼ਿਆਰਪੁਰ ਦੇ ਕੋਲ ਉਹਨਾਂ ਦਾ ਪਿੰਡ ਆ, ਅਤੇ ਮੈਂ ਧਾਮੀ ਸਾਹਿਬ ਦਾ ਬਹੁਤ ਬਹੁਤ ਦਿਲੋਂ
सत्कार करदा रिस्पैक्ट करदा उन्हां दी कि वह मैनू बहुत प्यार करदे आ। असी रब दा नाम गीत उन्हां दे मैं पिंड गया तो उन्हां ने मैनू सुनाया तो मैं कहा भी अंकल जी आपां आ गाणा ना रिकॉर्ड करना तो फिर धामी साहब ने यह गाणा मैनू अमेरिका पहुँच के तो फिर उन्होंने गाना भेजा मैनू फिर असी इस गाने रिकॉर्ड किया जो लोग बहुत प्यार कर रहे हैं मुहब्बत कर रहे हैं। मैं बख बख जगह पर इस गाने के पोस्टर रिलीज किए और यूट्यूब पर असी नकली व्यू नहीं लाए असली व्यू जोड़े साढ़े आ बहुत गुड है तो बड़े लोग प्यार कर रहे बड़े मैसेज आ रहे लोगों का धन्यवाद मना मुही प्यार दे रहे उस गीत नू ते मैं फंगण सिंह धामी साहब का उन्होंने बहुत बहुत धन्यवाद करता जी जिन्होंने मैं गाना लिख के दिया। तुसी उस धार्मिक गीत दे दो बोल साढ़े दर्शकों दे लई जी। ओ दम दम नाल ते आ लै रब नू ओ मन दे विच बसा लै रब नू ओ दम दम नाल ते आ लै रब नू ओ मन दे विच बसा लै रब नू नहीं छड़दा फड़ के बांके सौदा नगदो नगदी लै लो रब दा ना के सौदा नगदो नगदी लै लो रब दा ना के सौदा नगदो नगदी लै लो रब दा ना के सौदा नगदो नगदी ओ फंगण सिंह धामी सच दसिया बैंसां खुरद च बह के जपिया फंगण सिंह धामी सच दसिया बैंसां खुरद च बह के दसिया दुख रोग संता पहल थिया दुख रोग संता पहल थिया पंछी मार के उस दिशा के सौदा नगदो नगदी लै लो रब दाना के सौदा नगदो नगदी। क्या बात है क्या बात है। ये ओ गीत जेड़े देखो कल्ले धार्मिक नहीं लगते फिर इदां लगता कि लोक गीत भी ने जेड़े कि समाज नू सेध दिंदे ने ते जदों असीं पंछी साहब दी शख्सियत दी होर गल करदे आ गाणे नहीं गाए धर्म गीत भी नहीं कले गाए फिल्मां च भी अपनी जिहड़ी एक कला दा जिहड़ी अजमाइश कर रहे ने उहदे बारे भी जरूर दसो। हाँ मैं बहुत सारियां फिल्मां च नवजोत च पहलां गाया जी ते हुण मैनू मेरे काफ़ी जाने के मित्र है बॉम्बे तो उन्होंने एक दो फिल्मां हुण शुरू कर रहे जी आ लॉकडाउन के करके नहीं कीतियां सी पहलां नहीं तो हुण लग भी जाणियां सी ते वड्डी स्टार कास्ट दे नाल ते मैं भी एंट्री मार रहा जी ते कुछ माड़ा मोटा ही भी चलो यादा छड़ जावांगे जिंदगी दे विच ते वधिया रोल करूंगा मैं फिल्मां दे विच। नहीं बहुत साडियां शुभकामनावां तुहाडे नाल ने और तुसीं ओह फिल्म लैके जल्दी आओ और फिर इत्थे असीं फिर तुहाडी दोबारा उस चीज़ दे उत्ते जिहड़ी इंटरव्यू जिहड़ी करीए। मैं पंजाबियां दा हमेशा ताबेदार रहूंगा और साफ सुथरे गीतां नाल आखिरी दम तक पंजाबी मां बोली दिलों सेवा करूंगा जी। कई साडे विरसे विरासत दे नां ते बहुत गाउण वाले ठगियां मार रहे आ तो उन्हों का भी धन्यवाद आ। बहुत सारिया संस्था बनिया आ भी असी जी विरसे की गल करते हैं विरासत की गल करते हैं असी कला की गल करते हैं असी ये करते हैं वो करते हैं पर वो करते नहीं। मैं ये कहनी चाहना गल वो करते नहीं मैं लोगों को दसना चाहना हाँ वो लोगों तो पैसा इकट्ठा करके अपनी जेब च पा के अपने गीत रिकॉर्ड करके ज स्टेज पर गा के चार गाने लोगों परोस दते भी असी जी असी सभ्याचार गीत गाने होर कोई नहीं गाँव सारे गाने वाले सभ्याचार गा गीत गाँवे 50% जे गाने वाले पंजाब चंगे आ जोड़े पंजाबी माँ बोली दिलों सेवा करते शायद उन्होंने लोग इन्ना प्यार नहीं करते जिन्ना पैसे वाले लोगों प्यार करते बिल्कुल क्योंकि जो सभ्याचार की आप गल करते इन्होंने सभ्याचार तो इदा आप कहते हैं कि घर की खेती बनाया हुआ बिल्कुल कि जो भी असं कोई गल कह दी कोई गाँव रिलीज़ करते कह दी असं सभ्याचार की सेवा कर रहे हैं। जदों पंछी साहब तुम गाँवे हो बहुत सारे इदा के कलाकार ने जो सच्ची सभ्याचार जुड़े हुए और जो गाँवे उन्होंने सजिंदे अपने होंगे सके जो उ गाँवे उन्होंने परफॉर्मेंस अपनी देंगे बहुत गायक इदा जे आप भी जो कई इंस्ट्रूमेंट आप भी बजा लेंगे पर अजक जो असं किसी का शो बुक करना हो पहले दस दे कि फलाने बंदे को जाओ वो साउंड वाले बुक करके आओ मजिशियन चाहिए अपनी रिक्वायरमेंट देंगे सारी जी प्रोग्राम कराने वाले उल्ट सलाह देंगे नाले तो पैसे देंगे नाले नूं सलाह दिंदे भी साडी डिमांड आया साडी आ साउंड चाहीदी आ साडे म्यूजिशियन होने चाहीदे आ साडे नूं फैसिलिटियां चाहीदियां स्टेज ते सानूं
ਬੌਂਸਰ ਚਾਹੀਦੇ ਆ, ਬੌਂਸਰ ਚਾਹੀਦੇ ਆ ਜੀ, ਨਾਲ ਬੋਡੀਗਾਰਡ ਚਾਹੀਦੇ ਆ, ਸਾਡੀ ਸਟੇਜ ਤੇ ਕੋਈ ਚੜ੍ਹਨਾ ਨਹੀਂ ਚਾਹੀਦਾ। ਹੁਣ ਸਟੇਜ ਦੀ ਵੀ ਡਿਮਾਂਡ ਆਉਣ ਲੱਗ ਪਈ ਹੈ ਕਿ ਜੇ ਸਟੇਜ ਸਾਨੂੰ ਜਿਹੜੀ ਇੰਨੇ ਬਾਈ ਇੰਨੇ ਫੁੱਟ ਦੀ ਇੰਨੀ ਉੱਚੀ ਇੰਨੀ ਨੀਵੀਂ ਤੇ ਸਾਨੂੰ ਇਦਾਂ ਦੀ, ਔਰ ਬੈਰੀਗੇਟਿੰਗ ਹੈ, ਬਹੁਤ ਬਹੁਤ ਕੁਝ ਅੱਜ ਕੱਲ੍ਹ ਮੈਨਿਊ ਬਣ ਕੇ ਆਉਂਦਾ ਉਹਨਾਂ ਦਾ ਲੋਕਾਂ ਦਾ ਇਸ ਚੀਜ਼ ਦਾ ਨਾ। ਬਿਲਕੁਲ ਹਾਂਜੀ। ਤੇ ਜਦੋਂ ਅਸੀਂ ਫਿਰ ਗੱਲ ਕਰਦੇ ਹਾਂ ਪਹਿਲੀ ਗਾਇਕੀ ਦੀ ਤੇ ਅੱਜ ਦੀ ਗਾਇਕੀ ਦੀ, ਸਾਰੇ ਜਾਣਦੇ ਅਸੀਂ ਬਹੁਤ ਵੱਡਾ ਫਰਕ ਹੈ, ਬਹੁਤ ਵੱਡਾ ਫਰਕ ਹੈ। ਪਰ ਜਿਹੜੀ ਇੱਕ ਚੀਜ਼, ਮੰਨ ਲਓ ਇੱਕ ਚੀਜ਼ ਉੱਤੇ ਗੱਲ ਕਰਨੀ ਹੋਵੇ, ਤੁਹਾਨੂੰ ਲੱਗਦਾ ਕਿ ਆਹ ਚੀਜ਼ ਠੀਕ ਕਰਨ ਦੀ ਲੋੜ ਹੈ, ਤਾਂ ਸ਼ਾਇਦ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਹੈ, ਜਿਹੜਾ ਪਹਿਲਾਂ ਕਰੋਨਾ ਕਾਲ ਦੇ ਕਰਕੇ ਜਾਂ ਜੋ ਵੀ ਸਿਆਸੀ ਤੌਰ 'ਤੇ ਇੱਥੇ ਚੱਲ ਰਿਹਾ, ਪਹਿਲਾਂ ਹੀ ਬੜਾ ਅਜੀਬ ਜਿਹਾ ਮਾਹੌਲ ਇੱਥੇ ਹੋਇਆ ਪਿਆ, ਲੋਕ ਜ਼ਿਆਦਾ ਖੁਸ਼ ਨਹੀਂ ਆ, ਕੁੱਟਣ ਮਹਿਸੂਸ ਕਰਦੇ ਆ, ਅਤੇ ਕਿਹੜੀ ਚੀਜ਼ ਆ ਜਿਹੜੀ ਆਪਾਂ ਪੰਜਾਬੀ ਗਾਇਕੀ ਦੇ ਵਿੱਚ ਇੱਕ ਆਪਾਂ ਨੂੰ ਬਦਲਣ ਦੀ ਲੋੜ ਆ? ਜਿਹੜੇ ਸ਼ੋਅ ਕਰਵਾਉਂਦੇ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਂ ਪੰਜਾਬ 'ਚ ਕਰਾਉਂਦੇ ਆ ਜਾਂ ਹਿੰਦੁਸਤਾਨ ਦੀ ਧਰਤੀ 'ਤੇ ਕਿਤੇ ਵੀ ਕਰਾਉਂਦੇ ਆ, ਉਹ ਕਲਾਕਾਰ ਦੀ ਡਿਮਾਂਡ ਨਾ ਪੂਰੀ ਕਰਨ ਜੀ, ਉਹ ਕਲਾਕਾਰ ਨੂੰ ਕਹਿਣ ਵੀ ਸਾਨੂੰ ਤੇਰੇ ਕੋਲੋਂ ਆਹ ਚੀਜ਼ ਚਾਹੀਦੀ ਆ, ਤੂੰ ਸਾਡੇ ਕੋਲੋਂ 5 ਲੱਖ ਰੁਪਇਆ ਲਿਆ, ਤੂੰ 10 ਲੱਖ ਰੁਪਇਆ ਲਿਆ ਆ, ਸਾਡੀ ਸ਼ਰਤ ਇਹ ਆ ਵੀ ਤੈਂ ਕਿਸੇ ਗਾਇਕ ਕਲਾਕਾਰ ਦਾ ਗੀਤ ਨਹੀਂ ਗਾਉਣਾ, ਤੂੰ ਆਪਣੇ ਗੀਤ ਗਾ। ਅੱਜ ਕੱਲ੍ਹ ਨਵਜੋਤ ਜੀ ਇੱਕ ਕਿਸੇ ਦਾ ਗੀਤ ਹਿੱਟ ਹੋਇਆ ਜਾਂ ਦੋ ਕਿਸੇ ਦੇ ਹਿੱਟ ਹੋ ਗਏ ਜਾਂ 4 ਵੀ ਹੋ ਗਏ 10 ਵੀ ਹੋ ਗਏ ਉਹ ਤਾਂ ਵੀ ਆਪਣੀ ਸਟੇਜ ਨਹੀਂ ਕਰ ਸਕਦਾ, ਕਿਉਂਕਿ ਉਹਦੇ ਕੋਲ ਉਹਨਾਂ ਮੈਟਰ ਨਹੀਂ ਹੈਗਾ, ਉਹ ਕਿਸੇ ਦੀ ਲੱਤ ਫੜ ਲਈ, ਕਿਸੇ ਦੀ ਬਾਂਹ ਫੜ ਲਈ, ਕਿਸੇ ਦਾ ਉਹਦਾ ਗਾਤਾ ਗੀਤ ਉਹਦਾ ਗਾਤਾ। ਇੱਕ ਪੰਛੀ ਹੋਰ ਟ੍ਰੈਂਡ ਸ਼ੁਰੂ ਹੋ ਗਿਆ, ਗੱਲ ਨਾਲ ਗੱਲ ਨਿਕਲ ਆਉਂਦੀ ਹੈ, ਇੱਕ ਅੱਜ ਕੱਲ੍ਹ ਗਾਇਕਾਂ ਦਾ ਪੈਕੇਜ ਬਣਨਾ ਸ਼ੁਰੂ ਹੋ ਗਿਆ। ਬਿਲਕੁਲ, ਇੱਕ ਪੈਕੇਜ ਹੈ, ਮੰਨ ਲਓ ਪੈਕੇਜ ਉਹ 5 ਲੱਖ ਦਾ, ਤਾਂ ਉਸ 5 ਲੱਖ ਦੇ ਵਿੱਚ ਤੁਹਾਨੂੰ ਆਹ 3-3 ਅਲੱਗ ਅਲੱਗ ਤਰ੍ਹਾਂ ਦੇ ਕਲਾਕਾਰ ਮਿਲਣਗੇ। ਕੀ ਅਸੀਂ ਇੱਦਾਂ ਕਲਾਕਾਰ ਨੂੰ ਕਿੱਦਾਂ ਪੈਰਾਮੀਟਰ ਦੇ ਉੱਤੇ ਅਸੀਂ ਜੱਜ ਕਰ ਸਕਦੇ ਹਾਂ ਜੀ? ਗੱਲ ਦਾ ਵੀ ਜਿਹੜੇ ਪ੍ਰੋਗਰਾਮ ਕਰਾਉਂਦੇ ਆ, ਗਲਤੀ ਉਹਨਾਂ ਦੀ ਵੀ ਆ, ਜਿਹੜੇ ਵਿਦੇਸ਼ਾਂ ਦੀ ਧਰਤੀ 'ਤੇ ਬੈਠੇ ਲੋਕ ਉਹ ਆਪਣੇ ਪਿੰਡ ਲਈ ਪੈਸੇ ਭੇਜ ਦਿੰਦੇ ਆ ਵੀ ਅਸੀਂ ਆਪਣੇ ਪਿੰਡ ਵਾਲੇ ਸਾਡੇ ਮੇਲਾ ਕਰਵਾ ਰਹੇ ਹਾਂ, ਅਸੀਂ 1 ਲੱਖ ਰੁਪਇਆ ਦਿੱਤਾ, 2 ਲੱਖ ਦਿੱਤਾ, ਕਿਸੇ ਨੇ 50,000 ਦਿੱਤਾ, ਕਿਸੇ ਨੇ 25,000 ਦਿੱਤਾ, ਉਹਨਾਂ ਕੋਲ ਫੰਡ ਜਿਹੜਾ ਕਾਫੀ ਹੋ ਜਾਂਦਾ ਆ, ਉਹ ਕਹਿੰਦੇ ਵੀ ਕਣੀ ਕਣੀ ਕਰਕੇ ਤਲਾਬ ਭਰ ਜਾਂਦਾ ਜੀ, ਤੇ ਉਹ ਜਿਹੜੇ ਪਿੰਡ ਵਾਲੇ ਦੇਖਦੇ ਵੀ ਹੁਣ ਪੈਸੇ ਬਹੁਤ ਹੋ ਗਏ, ਖਰਚਣੇ ਕਿੱਥੇ ਉਹ ਦੇਖਦੇ ਵੀ ਹੁਣ ਜ਼ਿਆਦਾ ਪੈਸੇ ਕਿਹੜਾ ਗਾਉਣ ਵਾਲਾ ਦਿੰਦਾ, ਉਹਨੂੰ ਸੱਦਿਆ, ਉਹਦੀ ਫਿਰ ਗਾਂਹ ਸੈਟਿੰਗ ਹੁੰਦੀ ਗਾਉਣ ਵਾਲੇ ਨਾਲ, ਉਹ ਕਹਿੰਦਾ ਭਾਜੀ ਵੀ ਤੁਸੀਂ ਹੋਰ ਗਾਉਣ ਵਾਲਾ ਕੀਤਾ ਕੋਈ? ਉਹ ਕਹਿੰਦੇ ਨਹੀਂ, ਕਹਿੰਦਾ ਮੇਰੀ ਰਿਸਪੋਂਸੀਬਿਲਟੀ ਦੇ ਦਿਓ ਤੁਸੀਂ ਵੀ ਮੈਂ ਆਪੇ ਲਿਆਊਂਗਾ, ਵੀ ਤੁਸੀਂ ਮੈਨੂੰ ਇੰਨੇ ਪੈਸੇ ਦੇਣਾ ਆ, ਵੀ ਮੈਂ ਠੇਕੇਦਾਰ ਆ, ਵੀ ਮੈਂ ਸੋ ਗਾਇਕੀ ਤੋਂ ਬਾਅਦ ਜਿਹੜੀ ਗਾਇਕੀ ਠੇਕੇਦਾਰੀ 'ਚ ਤਬਦੀਲ ਹੁੰਦੀ ਜਾ ਰਹੀ ਹੈ, ਉਹ ਸਾਡੇ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਨਿਗਾਰ ਦਾ ਕਾਰਨ ਬਣ ਰਹੀ ਹੈ, ਨੌਜਵਾਨ ਪੀੜ੍ਹੀ ਦਾ ਜਿਹੜਾ ਗਲਤ ਜਿਹੜਾ ਮਾਰਗਦਰਸ਼ਨ ਹੋ ਰਿਹਾ। ਸੋ ਜਾਂਦੇ ਜਾਂਦੇ ਅਸੀਂ ਪਰਿਵਾਰ ਨੂੰ ਨਾਰਾਜ਼ ਨਹੀਂ ਕਰਨਾ, ਪਰਿਵਾਰ ਬਾਰੇ ਅਸੀਂ ਗੱਲ ਹੀ ਕੀਤੀ, ਪਰਿਵਾਰ 'ਚ ਕੌਣ ਕੌਣ ਹੈ ਔਰ ਆਪਣੇ ਹਮ ਸਫ਼ਰ ਬਾਰੇ ਜ਼ਰੂਰ ਦੱਸੋ, ਕਿਉਂਕਿ ਜਿੱਥੇ ਤੁਹਾਡੀਆਂ ਪ੍ਰਾਪਤੀਆਂ ਨੇ ਅਸੀਂ ਉਹਨਾਂ ਨੂੰ ਵੀ ਜਾਣਨਾ ਚਾਹੁੰਦੇ ਹਾਂ। ਮੈਂ ਬਹੁਤ ਖੁਸ਼ਕਿਸਮਤ ਹਾਂ ਜੀ, ਮੇਰੇ ਮਿਸਜ ਪੰਜਾਬੀ ਫਿਲਮ ਹੀਰੋ ਨਾ ਰਜਿੰਦਰ ਰੂਬੀ ਜੀ ਜੀ, ਉਹਨਾਂ ਨੇ 3-4 ਫਿਲਮਾਂ 'ਚ ਐਜ ਏ ਮੇਨ ਕਰੈਕਟਰ ਕੀਤਾ, ਯੋਗਰਾਜ ਭਾਜੀ ਨਾਲ ਮੇਨ ਸਾਡੀ ਫਿਲਮ ਕਬਜ਼ਾ, ਔਰ ਦਿਲ ਦਾ ਮਾਮਲਾ ਗੁੱਗੂ ਗਿੱਲ ਭਾਜੀ ਨਾਲ, ਔਰ ਦੋਨੇ ਜਿੱਥੇ ਐਕਟਰ ਬਹੁਤ ਟੌਪ ਦੇ ਆ ਉੱਥੇ ਇਸ ਗੱਲ ਦਾ ਮਾਣ ਆ, ਦੋਨਾਂ ਫਿਲਮਾਂ ਦੇ ਵਿੱਚ ਜਿਹੜੇ ਖਾੜੇ ਲੱਗੇ ਆ, ਇੱਕ ਫਿਲਮ 'ਚ ਖਾੜਾ ਕੁਲਦੀਪ ਮਾਣਕ ਜੀ ਦਾ, ਦੂਜੀ ਫਿਲਮ 'ਚ ਜਨਾਬ ਸੁਰਿੰਦਰ ਸ਼ਿੰਦਾ ਜੀ ਦਾ। ਅਤੇ ਮੇਰੇ ਮਿਸੇ ਰਜਿੰਦਰ ਰੂਬੀ ਜੀ ਬਹੁਤ ਸੁਭਾਅ ਪੱਖੋਂ ਚੰਗੇ ਆ, ਔਰ ਵਧੀਆ ਮੈਨੂੰ ਪਿਆਰ ਕਰਦੇ, ਮੈਨੂੰ ਮੁਹੱਬਤ ਕਰਦੇ ਆ, ਔਰ ਮੇਰੇ ਬੇਟੇ ਨਵਜੋਤ ਔਰ ਜਗਜੋਤ ਦੋਨੇ ਜੀ, ਅਤੇ ਉਹਨਾਂ ਨੂੰ ਵੀ ਅਸੀਂ ਜਲਦੀ ਇਸ ਫੀਲਡ ਦੇ ਵਿੱਚ ਲਾਂਚ ਕਰ ਰਹੇ ਹਾਂ, ਅਤੇ ਬਾਕੀ ਅਸੀਂ ਆਪਣੀ ਖੁਸ਼ ਜ਼ਿੰਦਗੀ ਦੇ ਵਿੱਚ ਵਧੀਆ ਟਾਈਮ ਪਾਸ ਕਰ ਰਹੇ ਹਾਂ, ਔਰ ਸਾਡੇ ਤੁਹਾਡੇ ਪਰਿਵਾਰ ਦੇ ਲਈ ਬਹੁਤ ਸਾਰਾ ਆਦਰ ਮਾਣ ਸਤਿਕਾਰ ਤੁਹਾਡੇ ਸਾਰੇ ਪਰਿਵਾਰ ਦੇ ਲਈ। ਪਰ ਅਸੀਂ ਜਾਂਦੇ ਜਾਂਦੇ, ਕਿਉਂਕਿ ਪ੍ਰੋਗਰਾਮ ਦਾ ਆਗਾਜ਼ ਵੀ ਤੁਹਾਡੇ ਗੀਤ ਨਾਲ ਹੋਇਆ ਸੀ, ਅਤੇ ਜਾਂਦੇ ਜਾਂਦੇ ਇਹਦਾ ਅਸੀਂ ਹੁਣ ਅਸੀਂ ਸਮੇਟਾਂਗੇ ਵੀ ਤੁਹਾਡੀ ਗਾਇਕੀ ਦੇ ਨਾਲ ਹੀ। ਸੋ ਮਿਰਜ਼ਾ ਆਪਣਾ ਅਜੇ ਤੱਕ ਪੈਂਡਿੰਗ ਹੈ, ਸੋ ਆਪਾਂ ਮਿਰਜ਼ੇ ਦੇ ਨਾਲ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਫਿਰ ਇਹਨੂੰ ਸਮੇਟਾਂਗੇ। ਉਸ ਤੋਂ ਪਹਿਲਾਂ ਇੱਕ ਮੈਂ ਇਕਾਂਤਰਸਥਾਈ ਹੋਰ ਗਾਉਣਾ ਜੀ, ਮੇਰਾ ਗੀਤ ਸ਼ਾਹਾਂ ਦੀ ਕੁੜੀ ਹੈ ਗਰੀਬ ਦਿੱਤਾ ਮਾਰਨੀ, ਕਿਉਂਕਿ ਇਸ ਗੀਤ ਨੂੰ ਲੋਕੀ ਬਹੁਤ ਪਿਆਰ ਕਰਦੇ ਆ। ਉਸ ਤੋਂ ਬਾਅਦ ਮੈਂ ਮਿਰਜ਼ਾ, ਹਾਂਜੀ, ਮੱਖਣ ਲੋਹਾਰਾਂ ਵਾਲਾ ਮੇਰਾ, ਉਹ ਵੀ ਭਾਜੀ ਕੈਲੀਫੋਰਨੀਆ ਸੈਕਰਾਮੈਂਟੋ ਰਹਿੰਦਾ ਹੈ ਜੀ, ਬਹੁਤ ਵੱਡਾ ਨਾਮ ਹੈ ਮੱਖਣ ਲੋਹਾਰਾਂ ਵਾਲੇ ਦਾ, ਬਿਲਕੁਲ, ਅਤੇ ਬਹੁਤ ਸਾਰੇ ਉਹਨਾਂ ਕਲਾਕਾਰਾਂ ਨੇ ਗੀਤ ਗਾਏ ਆ, ਮੈਨੂੰ ਵੀ ਮੌਕਾ ਮਿਲਿਆ, ਅਤੇ ਅਸੀਂ ਦੋਨੇ ਹੀ ਹੋ ਸਕਦਾ ਇਸ ਗੀਤ ਤੋਂ ਹਿੱਟ ਹੋਈਏ ਜੀ, ਅਤੇ ਸਾਡੀ ਵੀ ਜੋੜੀ ਆ ਮੇਰੀ ਮੱਖਣ ਲੋਹਾਰਾਂ ਵਾਲੇ ਨਾਲ, ਤੇ ਉਹ ਗੀਤ ਤੁਹਾਡੇ ਦੋ ਨਜ਼ਰ ਲੈਣਾ ਕਰ ਰਿਹਾ ਜੀ। ਉਹ ਚਾਬੀਏ ਸੰਦੂਕ ਦੀਏ ਗੋਲੀਏ ਬੰਦੂਕ ਦੀਏ, ਚਾਬੀਏ ਸੰਦੂਕ ਦੀਏ ਗੋਲੀਏ ਬੰਦੂਕ ਦੀਏ, ਵੱਜ ਕੇ ਯਾਰਾਂ ਦੇ ਸੀਨੇ ਨਿਕਲੀ ਤੂੰ ਪਾਰਨੀ, ਸ਼ਾਹਾਂ ਦੀਏ ਕੁੜੀਏ ਗਰੀਬ ਦਿੱਤਾ ਮਾਰਨੀ, ਸ਼ਾਹਾਂ ਦੀਏ ਕੁੜੀਏ ਗਰੀਬ ਦਿੱਤਾ ਮਾਰਨੀ, ਮੱਖਣ ਲੋਹਾਰਾਂ ਵਾਲੇ ਵਾਂਗੂ ਗਿਆ ਪੱਟਿਆ, ਹੋ ਗਈ ਬਦਨਾਮੀ ਨਾਲੇ ਲੋਕਾਂ ਮੈਨੂੰ ਚੱਟਿਆ, ਮੱਖਣ ਲੋਹਾਰਾਂ ਵਾਲੇ ਵਾਂਗੂ ਗਿਆ ਪੱਟਿਆ, ਹੋ ਗਈ ਬਦਨਾਮੀ ਨਾਲੇ ਲੋਕਾਂ ਮੈਨੂੰ ਚੱਟਿਆ, ਪੰਛੀ ਨੂੰ ਨਾ ਆਪਣੇ ਬੁਲਾਉਣ ਨੂੰ ਤਿਆਰ ਨੀ, ਸ਼ਾਹਾਂ ਦੀ ਇਹ ਕੁੜੀ ਇਹ ਗਰੀਬ ਦਿੱਤਾ ਮਾਰਨੀ,
शाह दी ए कुड़ी ए गरीब दिता मारनी। क्या बात है, क्या बात है। थैंक यू जी, मेहरबानी। ते हुण अपना मिर्ज़ा जी, एक सवाल जेड़ा मेरा उस तो पहला, मिर्ज़े तो पहला, वह मैं जानना चाहनी कि जदों असीं गल करदे आ गायक दी, गायक गाउंदा भी है, बाकी जिथे निभा भी करदा है अपनी जिंदगी दे परिवार नूं लैके, उत्थे उहदा अपने शरीर दे प्रति मोह, क्योंकि जदों असीं तुहानूं देखिया गलबात कीती, फिटनेस जिहड़ी है, असीं कहिंदे कि एक कलाकार नूं सिर्फ गाउणा नहीं है, उह पूरा सूरा लोकां दे लई उदाहरण बणदा इक। सो फिटनेस अपनी किवें रखदे हो, सेहत दे लई दिनचर्या जिहड़ी तुहाडी, पूरा दिन उह किवें रहिंदा? मैं जी गल इदां वी, पहलां तां असीं ना जी पिंडां च रहिण वाले लोक, छोटे जिहे परिवार चों असीं पैदा होए आं, असीं गाउण वाले गप्पां मारीए, साडा 100 खेत है जी, साडे 50 खेत है जी, मेरे फलानी जगह फार्म आ, ते मैं तां स्रोतियां दा सेवादार जिहा ही आं, ते पहलां तों रेट भी घट लिया मैं, ते खाधा पीता भी घट ही आ, ते सन 1990 तों लै के मेरा 72 किलो भार आ, ते मेरा हुण भी उन्ना ही आ, ते 1990 च 31 साल पहलां ही मेरा उन्ना भार सीगा, ते हुण भी मेरा उन्ना ही आ। मैं थोड़ा खाण पीण का ध्यान रखता हाँ, जे खाण पीण का ध्यान रखांगे गला ठीक रहूगा, तो थोड़ा सेहत ठीक रहूगी, तो लोग भी कहणगे भी चलो जो होर गाउण वाले कई मोटे हो जाते खा खा के, वो थोड़ा जिहा देखणगे यार पंछी तेरा शरीर फटिया साडा मोटा हो गया जी। मैं कहा भी तुहाडी गलती मेरी थोड़ो, मैं अपनी रिस्पोंसिबिलिटी लै सकदा, तुहाडे शरीर दी लै सकदा, तुसीं ध्यान रख्या करो जी, चंगा सोचना ते चंगा खाणा, हां जी, इह जिहड़ा साडा फिटनेस दा जिहड़ा राज है जी, गाणा ते खाणा चंगा ही होणा चाहिए, चंगा होणा चाहिए बिल्कुल। सो जांदे जांदे असीं पंछी साहब नूं इह गुजारिश करांगे कि मिर्ज़ा गीत उह साडे दर्शकां दे लई साडे लई गाउण, ते फिर सानूं असीं जिया इन प्रोग्राम असं समेटांगे। थैंक यू जी, मैं पंजाब वन टीवी का बहुत बहुत फिर धन्यवाद करदा, जिथे भी तुसी बैठे हो इनू वध वध देखिया करो, प्रमोट करे करो, सपोर्ट करे करो, भाजी हरजिंदर जी कंदोला साहब और राज भाजी, मैं इन्हों का दिल की गहराई तो धन्यवाद करदा, जो सत समुंदर पार जाके भी अपनी पंजाबी माँ बोली प्रमोट कर रहे, सपोर्ट कर रहे, अपने पंजाब नू प्रमोट कर रहे, क्योंकि तुहाडा बहुत वड्डा उपराला आ भाजी, मैं तुहाडा बहुत धन्यवादी हाँ, दिल की गहराई तो धन्यवाद करदा, विदेशों रह के भी तुसी समा कढ़ के अपनी पंजाबी नू, अपने पंजाब नू लोकां तक पहुँचाने, पंजाब की गल लोकां तक पहुँचाने, मैं तुहाडा बहुत धन्यवादी हाँ। तो पंजाब की मशहूर लोक गाथा मिर्ज़ा साहबां दे विच्चों कुछ गल्लां तुहाडे नाल मैं सांझियां करां, मेरे उस्ताद जी श्री कुलदीप माणक जी उन्हां दा गाया मिर्ज़ा, ते जनाब देव तरीके वाले बहुत सत्कारयोग राइटर है पंजाब दे, जिन्हां दा 20-25,000 गीत रिकॉर्ड होया, बहुत वड्डी गल है, मैं उन्होंने भी सजदा सलाम करदा कि साडे वह भी गुरुआं दे समान है, क्योंकि मेरे गुरु ने उन्होंने सब तो वध गीत गाए है, तो मैं भी अपने गुरु के सब तो वध गीत गाए, मैं होर किसी गाने वाले का कोई गीत नहीं गाँदा जी, तो मैं जा अपने गाँव जा माणक साहब दे, तो मैं अपने उस्ताद जी नूं शरदा दे फुल भेट कर रहा इस गीत राही। ओ जट्टा कामा खादी टैर ते ऐमी चढ़ियो काठी पा, एदी तुर दी दे गोडे पिड़ रहे, एदे ढिड बिच है नी सा, एदा पिंडा कामा ठुंगिया हो ठुंगिया, पिंडा कामा ठुंगिया ओ तेरे नागा दू गीला, ओ जट्टा चंदड़ा हेठा खोड़िया ओ जो उड्डन बिच हवा, ओ पासे कर लै टुटी टैर नू ऐवें राह बिच खड़ा उड़ा, ओ जट्टा चंदड़ा हेठा खोड़िया हो खोड़िया, चंदड़ा हेठा खोड़िया जो उड्डन बिच हवा। इनिया गल्लां सुन के मिर्ज़े जट दियां अखां च खून आ गया, चंदड़ा नूं की जवाब देना, ध्यान देना जी। ओ इन्नी सुन के मिर्ज़े जट दे, हो जट दे सुन के मिर्ज़े जट दे, हो गया खून अखां बिच आ, कहिंदा बारो बारी खोड़ियां ओलो बक्की नाल पजा, ओ पत्ता तोड़ के सामने पिपड़ा हो पिपड़ो, तोड़ के सामने पिपड़ो जेड़ा पहला जाऊगा आ, जट रोकिया रोकिया तुरपिया इंदा मेरा रखा पीर, किता मेरे मूरे खड़न गे सैभा दे बहादुर वीर, ओ हार गया देसरा तो
ਜੱਟੋ ਪੱਗਾਂ ਲਊ ਬਿਲਹਾ ਕਹਿੰਦੇ ਸ਼ਰਤ ਲਗਾ ਕੇ ਖੋੜੀਆਂ ਹੋ ਖੋੜੀਆਂ ਸ਼ਰਤ ਲਗਾ ਕੇ ਖੋੜੀਆਂ ਹੋ ਛੱਡ ਦਿੱਤੀਆਂ ਵਾ ਹੋਤਾ ਪੱਤਾ ਤੋੜ ਕੇ ਸਾਹਮਣੇ ਪਿੱਪਲੋਂ ਹੋ ਗਿਆ ਮਿਰਜ਼ਾ ਮੂਰੇ ਆ ਉਹਨੇ ਹਾਰ ਗਿਆ ਦੇਸਰਾ ਤੋਂ ਉਹ ਪੰਛੀ ਪੱਗਾਂ ਲਈਆਂ ਲਹਾ ਸੱਚ ਆਖੇ ਤਰੀਕੇ ਵਾਲੜਾ ਹੋ ਸੱਚ ਆਖੇ ਤਰੀਕੇ ਮਾਣਕਾ ਉਹ ਕਹਿੰਦੇ ਮਿਰਜ਼ਾ ਜਿੱਤ ਗਿਆ ਇਹ ਵਾਕਿਆ ਮਾਣ ਵਾਲੀ ਗੱਲ ਹੈ, ਆਦਰ ਵਾਲੀ ਗੱਲ ਹੈ। ਉੱਚੀ ਹੇਕ ਦਮ ਦੇ ਜ਼ੋਰ ਦੇ ਨਾਲ, ਹਿੱਕ ਦੇ ਜ਼ੋਰ ਦੇ ਨਾਲ, ਐਡੇ ਦਮ ਦੇ ਨਾਲ ਗਾਉਣਾ ਅਤੇ ਪੂਰੀ ਇੰਟਰਵਿਊ ਦੇ ਵਿੱਚ ਸਾਡੇ ਰੋਂਗਟੇ ਜਿਹੜੇ ਇੱਦਾਂ ਖੜ੍ਹੇ ਰਹਿ ਕੇ ਅੱਜ ਇੱਦਾਂ ਸਮਾਂ ਬੰਨਿਆ ਗਿਆ। ਬਿਲਕੁਲ ਮਨ ਨਹੀਂ ਕਰਦਾ ਕਿ ਤੁਹਾਡੇ ਤੋਂ ਵਿਦਾ ਲਈ ਜਾਵੇ। ਇਨਸ਼ਾਅੱਲਾ ਤੁਹਾਡੀ ਪੰਛੀ ਸਾਹਿਬ ਜਿਹੜੀ ਉਮਰ ਹੈ ਲੋਕ ਗੀਤਾਂ ਜਿੰਨੀ ਲੰਬੀ ਹੋਵੇ, ਤੁਸੀਂ ਇਸੇ ਤਰ੍ਹਾਂ ਸਾਡੇ ਸੱਭਿਆਚਾਰ ਦੀ ਸੇਵਾ ਕਰਦੇ ਰਹੋ, ਸਾਡਾ ਮਾਰਗਦਰਸ਼ਨ ਕਰਦੇ ਰਹੋ, ਨੌਜਵਾਨਾਂ ਦੀ ਅਗਵਾਈ ਕਰਦੇ ਰਹੋ ਅਤੇ ਰੱਬ ਤੁਹਾਨੂੰ ਜਿਹੜਾ ਤੰਦਰੁਸਤੀਆਂ ਬਖਸ਼ੇ, ਸਾਡੇ ਸਟੂਡੀਓ ਦਾ, ਪੰਜਾਬਣ ਟੀਵੀ ਦਾ ਹਿੱਸਾ ਬਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਵੀ ਆਪਣੇ ਦਿਲੋਂ ਪੰਜਾਬਣ ਟੀਵੀ ਦਾ ਧੰਨਵਾਦ ਕਰਦਾ ਜਿਹਨਾਂ ਨੇ ਮੈਨੂੰ ਬੁਲਾ ਕੇ ਲੋਕਾਂ ਦੇ ਰੂਬਰੂ ਕੀਤਾ। ਮੈਂ 250 ਰਾਈਟਰ ਦਾ ਗੀਤ ਗਾਇਆ, 150 ਮਿਊਜ਼ਿਕ ਡਾਇਰੈਕਟਰ ਨਾਲ ਕੰਮ ਕੀਤਾ। ਮੈਂ ਉਹਨਾਂ ਸਾਰਿਆਂ ਦਾ, ਮਿਊਜ਼ਿਕ ਡਾਇਰੈਕਟਰਾਂ ਦਾ, ਕੰਪਨੀਆਂ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ, ਕਿਉਂਕਿ ਮੈਂ ਸਾਰਿਆਂ ਦਾ ਨਾਂ ਤਾਂ ਨਹੀਂ ਲੈ ਸਕਦਾ, ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ, ਧੰਨਵਾਦ ਜ਼ਰੂਰ ਕਰ ਸਕਦਾ। ਥੈਂਕ ਯੂ ਦੋਸਤੋ, ਜਿਉਂਦੇ ਰਹੋ, ਵਸਦੇ ਰਹੋ, ਦੇਖਦੇ ਰਹੋ ਪੰਜਾਬ ਵਨ ਟੀਵੀ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ।